ਆਪ ਬਣਾਉਂਦੇ ਹੋ ਕੁਛ ਘਰੇ? ਹੈ ਆਪ ਪਕਾਉਂਦੇ ਹੋ ਕੁਛ ਕੁਛ ਵੀ, ਕੋਈ ਸਬਜ਼ੀ ਜਾਂ ਕੋਈ ਮੁਰਗਾ ਤੜਕਾ? ਸਬਜ਼ੀ ਕੀ ਨਾਲ ਦੂਜੀ ਵੀ ਦਾਰੂ ਵੀ ਬਣਾਉਣੇ? ਅੱਛਾ ਹਾਂ, ਤੇ ਉਸ ਮੁਕਰਾਂਗੇ ਉਹਦਾ ਕਿਵੇਂ ਥੋੜਾ ਦੱਸੋ ਇਸ ਵਾਰ ਤੋਂ। ਨਹੀਂ ਅਸਲੇ ਲਾਉਣੇ ਪਊਗਾ ਮੈਂ। ਅੱਛਾ ਹਾਂ, ਮਾਹਦਾ ਵੀ ਕਹਿੰਦਾ ਨਾ ਮੁਕਾ, ਮੈਂ 19 ਬੰਦੇ ਖੜਕਾਏ ਨੇ, ਬੀਮਾ ਰਹਿੰਦਾ ਕਿਤੇ ਨਾ ਕਿਤੇ ਖੜਕਾ ਦੂੰਗਾ ਜੇ ਲੋੜ ਆ ਗਈ ਚਾਲ। ਅੱਛਾ ਹਾਂ, ਜੇ ਲੋੜ ਆ ਉਹ ਕਰ ਦੂੰਗਾ। ਮੇਲਿਆਂ 'ਚ ਘੁੰਮਿਓ? ਮੇਲੇ 'ਚ ਜੇ ਤੁਸੀਂ ਗੱਲ ਕਹੇਗਾ ਵੀ ਮੈਂ, ਸਾਡੇ ਪਲਾੜੇ ਦਾ ਮੇਲਾ ਹੈ। ਅੱਛਾ, ਜੋਗੇ ਮੈਂ ਮੰਗਿਆ ਹੋਇਆ ਸੀਗਾ। ਅੱਛਾ, ਮੈਂ ਉਹ ਮੇਲਾ ਵੀ ਵੇਖਿਆ ਸੀ, ਨਾ ਤੁਹਾਡੀ ਤਾਈ ਨੂੰ ਵੇਖਿਆ। ਅੱਛਾ, ਚੜ੍ਹਦੀ ਜਵਾਨੀ ਚੜ੍ਹਦੀ, ਹਾਂ ਮੇਲਾ ਵੀ ਦੇਖਿਆ ਹੀ ਸੀਗੇ। ਤੁਹਾਡਾ ਬਚਪਨ ਕਿਵੇਂ ਸੀਗਾ, ਸ਼ਰਾਰਤਾਂ ਵਾਲਾ ਸੀਗਾ ਜਾਂ ਫਿਰ ਲੜਾਕਾ ਜਿਹਾ ਸੀ? ਨਹੀਂ ਨਹੀਂ, ਮੇਰਾ ਖੜਕੂ ਸੁਭਾਅ ਹੈਗਾ ਸੀ। ਆਪਦੇ ਬਾਹਰ ਦੇ ਮੂਹਰੇ ਸੀ ਕਿ ਸਾਡੇ ਲਾਣੇ ਨੇ ਕਿਸੇ ਲੰਘਣੀ ਨਹੀਂ ਦਿੱਤਾ ਸੀ। ਹੁਣ ਲੜਾਈ ਦੇ ਵਿੱਚ ਆਪਦੇ ਵੀ ਪੈਂਦੀਆਂ ਰਹਿੰਦੀਆਂ, ਅਗਲੇ ਦੀ ਬਾਈ ਦੋਨਾਂ ਤਰ੍ਹਾਂ ਦੀ ਪੈਂਦੀ ਹੁੰਦੀ, ਅਗਰ ਇਕੱਲੇ ਦੇ ਪੈਂਦੀ ਹੁੰਦੇ। ਇੱਕ ਆਇਆ ਜੀ ਉਦੋਂ ਜੇ ਕਹਿ ਜੀ ਗਾਇਕ, ਹਾਂ ਮਤਲਬ ਗਾਉਣ ਵਾਲੇ, ਸਦੀਕ ਹੋਵੇ ਚਾਹੇ ਕੋਈ ਵੀ ਹੋ, ਪੁਰਾਣੇ ਜ਼ਮਾਨੇ ਦੇ ਕਹਿ ਦੀਏ, ਇਹ 'ਚ ਨਹੀਂ ਮੈਂ ਬੜੀ ਦਿਲਚਸਪੀ ਲਈ ਨਾ। ਅੱਛਾ, ਨਾ ਨਾ, ਇਹ ਜੇ ਕਿਤੇ ਨੇੜੇ ਵੀ ਲੱਗਣਾ ਵੀ ਨਹੀਂ, ਕੋਈ ਗੀਤਕਾਰ ਨਹੀਂ, ਨਾ ਨਾ ਮੈਂ ਗਿਆ ਹੀ ਨਹੀਂ, ਬਸ ਗੀਤਕਾਰ ਕਹਿੰਦੀ ਮੈਂ ਧਿਆਨ ਕੀਤਾ ਹੀ ਨਹੀਂ। ਮੇਲੇ ਦੇ ਵਿੱਚੋਂ ਕਦੇ ਪੱਟ ਤੇ ਮੂਰ ਨਹੀਂ ਪਵਾਈ? ਕਹਿੰਦੇ ਪਹਿਲਾਂ ਬੜਾ ਸ਼ੌਂਕ ਹੁੰਦਾ ਸੀ ਕਹਿੰਦੇ। ਹਾਂ, ਇਹ ਬਹੁਤ ਸੋਹਣਾ ਸਵਾਲ ਕਰਿਆ। ਮੈਂ ਅੱਜ ਤੱਕ ਕਦੇ ਸ਼ਾਂਪ, ਕਦੇ ਕੜਾ, ਧਾਤ ਆ ਜਿਹੜੀ ਤੁਸੀਂ ਵੱਡੀ ਗੱਲ ਹੀ ਕਹਿ ਚਾਹੇ, ਮਤਲਬ ਇਹ ਵੀ ਨਹੀਂ ਲੱਗਣ ਦਾ ਕਦੇ। ਕਿਉਂ ਅਜਿਹਾ ਕਿਉਂ? ਹਾਂ, ਪਹਿਲਾਂ ਜਦੋਂ ਕੱਲੀਆਂ ਮੁੱਛਾਂ ਤੀਆਂ ਉਦੋਂ ਥੋੜ੍ਹਾ ਜਿਹਾ ਹੈਗਾ ਸੀਗਾ ਵੀ ਬੁਰੀ ਲੱਗ ਜਾਵੇ ਥੋੜ੍ਹੀ, ਉਦੋਂ ਕੱਲੀਆਂ ਮੁੱਛਾਂ ਰੱਖ ਲਈ, ਉਦੋਂ ਬਾਅਦ ਜਦੋਂ ਦਾੜੀ ਰੱਖ ਲਈ ਮੁੜ ਕੇ ਕਿਤੇ ਮੁੜ ਕੇ ਨਹੀਂ। ਹਾਂ, ਜਦੋਂ ਮੇਰਾ ਐਕਸੀਡੈਂਟ, ਮੈਂ ਖਾਸਾ ਕਮਜ਼ੋਰ ਹੋ ਗਿਆ ਸੀਗਾ, ਮੈਂ ਤੜਕੇ ਕਰਨਾ ਇਹਨਾਂ ਵੀ ਦੱਸਦੀ, ਮੈਂ ਅੱਜ ਮੈਂ ਪੌੜੀ ਤੇਰੇ ਬਰਾਬਰ ਚੜ੍ਹ ਗਿਆ, ਨਹੀਂ ਮੈਨੂੰ ਫੜ ਕੇ ਚੜ੍ਹਾਉਂਦੇ ਨੇ। ਅੱਛਾ, ਕਰਨੈਲ ਹੀ ਸਟੇਜ 'ਤੇ ਚੜ੍ਹਾਵੇ, ਕਰਨੈਲ ਹੀ ਸਾਰਾ ਕੁਛ, ਅੱਜ ਅਸੀਂ ਦੋਨੇ ਇਕੱਠੇ ਹੋ ਗਏ, ਇਹ ਵੀ ਚੜ੍ਹ ਗਿਆ, ਮੈਂ ਵੀ ਪੌੜੀਆਂ ਚੜ੍ਹਿਆ, ਮੈਂ ਕਰਨੈਲ ਤਾਂ ਮੈਂ ਚੜ੍ਹਿਆ ਤੇਰੇ ਨਾਲ ਪੌੜੀ। ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕੰਮ ਆਉਣੀਆਂ, ਉਹ ਤਾਂ ਆਉਂਦੀਆਂ, ਅਸੀਂ ਤਾਂ ਕੁਲਚੇ ਖਾ ਕੇ ਆਉਂਦੇ ਹੁੰਦੇ। ਕਿੰਨੀ ਆਥਣੇ ਤਾਂ 2 ਵਜੇ ਲਾ ਕੇ ਰੋਟੀ ਵਜੇ, ਬਿਮਾਰੀ ਨਹੀਂ ਹੁੰਦਾ ਬੰਦਾ ਜੇ ਆਪਾਂ ਨੂੰ ਪਵਾਂਗੇ। ਰੱਬ ਦੇ ਵਿਸ਼ਵਾਸ ਰੱਖਦੇ? ਨਹੀਂ ਮੈਂ। ਹੁਣ ਅੱਜ ਕੀ ਕਰਦੇ ਨੇ, ਉਹ ਹਰ ਇੱਕ ਬੰਦਾ ਧਰਮ ਸਥਾਨਾਂ 'ਤੇ ਜਾਂਦਾ, ਸਾਰਾ ਟੱਬਰ ਬਹਿ ਜਾਂਦਾ ਗੱਡੀ 'ਚ, ਬਿਲਕੁਲ, ਅਤੇ ਉਹਦੀ ਪਤਾ ਲੱਗਦਾ ਵੀ ਗੱਡੀ ਤਾਂ ਖੱਡ 'ਚ ਜਾ ਡਿੱਗੀ। ਔਜ਼ਾਰ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਮੈਂ ਤੁਹਾਡੇ ਨਾਲ ਜਗਸੀਰ ਸਿੰਘ ਮਾਨਸਾ ਪਹੁੰਚੇ ਹੋਏ ਹਾਂ, ਅਤੇ ਮਾਨਸਾ ਜੇ ਖੁੰਡੇ ਵਾਲੇ ਬਾਪੂ ਨੂੰ ਨਾ ਮਿਲੀਏ ਇਹ ਹੋ ਹੀ ਨਹੀਂ ਸਕਦਾ। ਦਿੱਲੀ ਦੇ ਵਿੱਚ ਪੂਰੀ ਧੱਕ ਪਾਈ, ਨਾਮ ਚਰਚਾ ਦੇ ਵਿੱਚ ਰਿਹਾ, ਅਤੇ ਅੱਜ ਉਹਨਾਂ ਦੇ ਨਾਲ ਥੋੜ੍ਹੀਆਂ ਖੱਟੀਆਂ ਮਿੱਠੀਆਂ ਗੱਲਾਂ ਕਰਾਂਗੇ, ਉਹਨਾਂ ਦੀ ਜ਼ਿੰਦਗੀ ਜਿਹੜੀ ਆ ਤੁਹਾਡੇ ਸਾਹਮਣੇ ਰੱਖਾਂਗੇ, ਕੀ ਕੁਛ ਬਚਪਨਾ ਰਿਹਾ, ਕੀ ਕੁਛ ਜਵਾਨੀ ਦੇ ਵਿੱਚ ਹੰਡਾਇਆ, ਅਤੇ ਹੁਣ ਕੀ ਕੁਛ ਹੰਡਾ ਰਹੇ ਨੇ। ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ। ਹੋਰ ਠੀਕ ਠਾਕ ਹੋ? ਬਹੁਤ ਵਧੀਆ ਜੀ। ਅੱਛਾ, ਮੈਨੂੰ ਇਹ ਦੱਸੋ, ਕਹਿੰਦੇ ਜਦੋਂ ਕੋਈ ਮਾਨਸਾ ਆਉਂਦਾ ਨਾ, ਕਹਿੰਦੇ ਪਹਿਲਾਂ ਤੁਹਾਨੂੰ ਫੋਨ ਜ਼ਰੂਰ ਲਾ ਲੈਂਦਾ ਕੋਈ ਵੀ ਜਿਹੜਾ ਤੁਹਾਨੂੰ ਪਿਆਰ ਕਰਦਾ ਕਿ ਬਾਪੂ ਨੂੰ ਮਿਲ ਕੇ ਜਾਣਾ? ਹਾਂ, ਮਤਲਬ ਖਾਸ ਕਰਕੇ ਪ੍ਰੈਸ ਵਾਲੇ ਨੌਜਵਾਨ ਜਿਹੜੇ ਆਉਂਦੇ ਨੇ ਉੱਧਰੋਂ, ਸਮਝ ਲੈ, ਅਤੇ ਬਾਕੀ ਦੂਜੇ ਲੋਕ ਕੋਈ ਵੀ ਆਉਂਦਾ ਹੈਗਾ ਫੋਨ ਕਰਦੇ ਨੇ, ਇੱਥੇ ਇਸ ਕੁਦਰਤੀ ਨਾਲ ਦਫ਼ਤਰ ਖੁੱਲ੍ਹਿਆ ਹੋਇਆ ਹੈਗਾ, ਮੈਂ ਤੜਕੇ, ਅਸੀਂ ਸਾਡੇ ਜਿੰਨੇ ਵਰਕਰ ਇੱਥੇ ਬਹਿੰਦੇ ਹਾਂ, ਅਸੀਂ ਤੜਕੇ ਅਸੀਂ 9 ਵਜੇ ਮਤਲਬ ਆ ਜਾਂਦੇ ਹਾਂ, 6 ਵਜੇ ਤੱਕ ਰਹਿੰਦੇ ਹਾਂ ਅਸੀਂ ਇੱਥੇ, ਮਤਲਬ ਹਰ ਬੰਦਾ ਮਿਲਦਾ ਜੇ ਕੰਮ ਕੁੰਮ ਕਰਾਉਣੇ ਨੂੰ, ਕੰਮ ਕਰਾਉਂਦੇ ਰਹਿੰਦੇ ਹਾਂ। ਓਕੇ, ਅਤੇ ਮੈਂ ਤਾਂ ਧੰਨਵਾਦ ਕਰਦਾ ਜਿਹੜਾ ਬੰਦਾ ਆ ਕੇ ਮਿਲ ਕੇ ਜਾਂਦੇ ਉਹਨਾਂ ਸਾਰਿਆਂ ਦਾ। ਅੱਛਾ, ਬਚਪਨ ਕਿਵੇਂ ਦਾ ਸੀ ਤੁਹਾਡਾ? ਬਚਪਨ ਜ਼ਿੰਦਗੀ ਦੇ ਵਿੱਚ, ਇੱਕ ਤਾਂ ਮੈਂ ਪੜ੍ਹਿਆ ਨਹੀਂ, ਮੇਰਾ ਸਕੂਲ 'ਚ 9ਵੀਂ ਦਰਜ ਹੈਗਾ, ਬਿਲਕੁਲ ਵੀ, ਪਰ ਅੱਜ ਮੈਂ ਇੱਕ ਅਖ਼ਬਾਰ ਪੜ੍ਹਦਾ ਪੰਜਾਬੀ ਟੀਵੀ ਅਖ਼ਬਾਰ ਆ ਪਿਆ ਮੇਰੇ ਕੋਲ। ਅੱਛਾ,
ਅਤੇ ਸਿਆਲ ਦੇ ਵਿੱਚ ਜਾਂ ਸਾਲ 'ਚ ਇੱਕ ਦੋ ਕਿਤਾਬਾਂ ਪੜ੍ਹਦਾ ਗਾ। ਇਹ ਜਿਹੜੀ ਪੜ੍ਹਾਈ ਮੈਂ ਸਾਰੀ ਕਰੀ ਹੈ ਜੇਲ੍ਹ 'ਚ ਕਰੀ ਹੈ। ਅੱਛਾ, ਮਤਲਬ ਮੈਂ ਜੇਲ੍ਹ ਚਲਿਆ ਗਿਆ ਜਦੋਂ, ਅਤੇ ਉੱਥੇ ਫਿਰ ਨੌਜਵਾਨ ਮੁੰਡੇ ਮੈਨੂੰ ਮਿਲ ਗਏ, ਮੈਂ ਵੀ ਨੌਜਵਾਨ 'ਚ ਉਦੋਂ, ਕੋਈ ਗੱਲ ਨਹੀਂ, 28 ਸਾਲ ਦੀ ਉਮਰ 'ਤੇ ਮੇਰੀ ਜੇਲ੍ਹ ਚਲਿਆ ਗਿਆ ਸੀ। ਅੱਛਾ, ਅਤੇ ਉੱਥੇ ਫਿਰ ਹੌਲੀ ਹੌਲੀ ਸਿੱਖ ਗਏ। ਹੁਣ ਮੈਂ ਪੜ੍ਹ ਪੁੜਤਾ ਪੰਜਾਬੀ ਪੂਰੀ ਲੈਂਦਾ, ਓਕੇ, ਅਤੇ ਲਿਖ ਪੂਰਾ ਲੈਂਦਾ, ਆਹ ਮੋਬਾਈਲ ਚਲਾਉਣ 'ਚ ਮੈਂ ਪੂਰਾ ਮਾਹਰ ਹਾਂ। ਇਹ ਤਾਂ ਕਹਿੰਦੇ ਪੱਟਿਆ ਪਿਆ ਪੰਜਾਬੀਆਂ ਨੂੰ ਮੋਬਾਈਲ ਨੇ ਤਾਂ, ਹਾਂ ਇਹ ਤਾਂ ਛੱਡਦਾ ਹੀ ਨਹੀਂ, ਕੋਈ ਰੀਲਾਂ ਦੇਖੀ ਜਾਂਦਾ। ਨਹੀਂ, ਇਹ 'ਚ ਕੁਦਰਤ ਐਸੇ ਕਿ ਮੇਰਾ ਹੋ ਗਿਆ ਸੀ ਐਕਸੀਡੈਂਟ। ਅੱਛਾ, 7 ਕੁ ਸਾਲ ਹੋ ਗਏ ਮੈਂ ਫਿਰ ਬੈੱਡ 'ਤੇ ਖਾਫ 'ਚ ਰੈਸਟ ਰਿਹਾ। ਫਿਰ ਮੇਰਾ ਪੋਤਾ ਵੱਡਾ ਕਹਿੰਦਾ ਬਾਪੂ ਜੀ ਆਹ ਚੱਕ, ਗੱਲ ਪੁੱਛ ਲਿਆ ਕਰ, ਤੂੰ ਇਹ ਸਿੱਖ ਲੈ। ਠੀਕ, ਬਸ ਮੈਂ ਕੋਈ ਨਾ ਕੋਈ ਸਿੱਖ ਲਿਆ ਕਰ। ਹੁਣ ਸਾਰਾ ਕੁਛ ਭੇਜਣੀ ਆ, ਫੋਟੋ ਭੇਜਣੀ ਆ, ਜਿਹੜਾ ਸਾਰਾ ਕੁਛ ਭੇਜ ਭੁਜਦੇ ਨੇ, ਵਧੀਆ ਚੱਲਦਾ ਕੰਮ ਇਸੇ ਤਰ੍ਹਾਂ ਹੈ। ਅੱਛਾ, ਜ਼ਿੰਦਗੀ ਠੀਕ ਹੀ ਰਹੀ ਹੈ ਸਾਰੇ, ਮਤਲਬ ਕੰਮਾਂ ਧੰਦਿਆਂ 'ਚ ਬੰਦਾ ਹੁੰਦਾ, ਕਬੀਲਦਾਰੀ ਤੰਗੀ ਹੁੰਦੀ ਆ, ਹੋਰ ਹੁੰਦੀ ਹੈ, ਉਹ ਠੀਕ ਹੀ ਨਹੀਂ ਵੀ ਆ ਜ਼ਿੰਦਗੀ, ਮਤਲਬ ਗੱਲ। ਅੱਛਾ, ਇਹ ਜੇਲ੍ਹ ਵਾਲਾ ਸਫ਼ਰ ਕਿਵੇਂ ਸੀਗਾ ਤੁਹਾਡਾ? ਜੇਲ੍ਹ ਵਾਲਾ ਸਪਨਾ 1972 'ਚ, ਮਤਲਬ ਜੇ ਕਹਿ ਦਈਏ ਜ਼ਿਮੀਂਦਾਰਾ ਯੂਨੀਅਨ ਬਣ ਗਈ ਸੀਗੀ, ਅਤੇ ਉਦੋਂ ਬਾਅਦ ਅਸੀਂ ਮਤਲਬ ਜੇ ਕਹਿ ਦਈਏ ਚੱਲਦੇ ਚੱਲਦੇ ਇੱਧਰ ਜਦੋਂ ਆਪਣੇ ਕੰਨੀ ਆਈ, ਉਦੋਂ ਇਹਦਾ ਨਾਂ ਸੀ ਪੰਜਾਬ ਖੇਤੀਬਾੜੀ ਯੂਨੀਅਨ। ਅੱਛਾ, ਜਦੋਂ ਇੱਧਰ ਜ਼ਿਮੀਂਦਾਰ ਫਿਰ ਇਕੱਲੇ ਜੱਟ ਆਉਂਦੇ ਨੇ ਵਿੱਚ, ਫਿਰ ਕੁਛ ਸਿਆਣੇ ਲੀਡਰਾਂ ਨੇ ਇਹਦਾ ਨਾਂ ਪੰਜਾਬ ਖੇਤੀਬਾੜੀ ਯੂਨੀਅਨ ਧਰਤਾ। ਅੱਛਾ, ਮੈਂ ਇਹ 1979 'ਚ ਤੀਜੇ ਮਹੀਨੇ ਦੀ 6 ਤਰੀਕ ਨੂੰ ਮੈਂ ਜੁਆਇਨ ਕਰਿਆ। ਮੈਂ ਇਹਦੇ ਨਾਲ ਤਾਲਮੇਲ ਕਰ ਲਿਆ ਸੀਗਾ 1988 'ਚ, 78 'ਚ ਕਹਿ ਦਈਏ। ਅੱਛਾ, ਮਤਲਬ ਕੁਦਰਤ ਸਿੱਧਰ ਸਾਡਾ ਖੇਤ ਹੈਗਾ ਤਰਕੁਣੀ 'ਤੇ, ਉੱਥੇ ਬੋਰ ਲਾਉਂਦੇ ਸੀਗੇ, ਵੱਡਾ ਭਾਈ ਮੈਨੂੰ ਸਮਾਨ ਲਿਆ। ਉੱਥੇ ਮੈਂ ਜਦੋਂ ਇਹਦੀ ਕਾਨਫਰੰਸ ਦੇਖੀ, ਗੱਲਬਾਤ ਕਰੀ ਮੈਂ ਇਹਨਾਂ ਨੂੰ। ਅੱਛਾ, ਵੀ ਤੁਸੀਂ ਕੌਣ ਹੋਗੇ? ਕਹਿੰਦੇ ਵੀ ਪੰਜਾਬ ਖੇਤੀਬਾੜੀ ਯੂਨੀਅਨ। ਮੈਂ ਕਿਹਾ ਵੀ ਰਾਜਨੀਤਿਕ ਮਸਲਾ ਕੀ ਹੈ ਤੁਹਾਡਾ ਵੀ ਰਾਜਨੀਤੀ ਬਾਰੇ? ਕਹਿੰਦੇ ਗੈਰ ਸਿਆਸੀ ਹਾਂ। ਉਦੋਂ ਗੈਰ ਸਿਆਸੀ ਕਹਿੰਦੇ ਹੁੰਦੇ। ਅੱਛਾ, ਹਾਂ, ਮਗਵਾਲ ਤੋਂ ਝੰਡਾ ਸਿੰਘ ਸੂਬੇਦਾਰ ਸੀਗਾ, ਸੰਗਰੂਰ ਜ਼ਿਲ੍ਹਾ ਪ੍ਰਧਾਨ, ਉਹ ਕਰਾ ਰਿਹਾ ਸੀ ਛੋਟੀ ਜਿਹੀ ਕਾਨਫਰੰਸ। ਅੱਛਾ, ਚੱਲ ਉਦੋਂ 1200 ਰੁਪਏ 'ਚ ਬੋਰ ਲੱਗ ਜਾਂਦਾ ਜੀ ਆਪਾਂ ਕਹਿ ਦਈਏ ਖੇਤ ਵਾਲਾ। ਠੀਕ ਆ, ਮੈਂ 5 ਰੁਪਏ ਫੰਡ ਵੀ ਦੇ ਕੇ ਗਿਆ। ਅੱਛਾ, ਅਤੇ ਮੈਂ ਪੁੱਛ ਕੇ ਵੀ ਗਿਆ ਵੀ ਤੁਹਾਡੀ ਮੀਟਿੰਗ ਕਿੱਥੇ ਹੁੰਦੀ ਆ? ਉਹਨਾਂ ਨੇ ਮੈਨੂੰ ਦੱਸਿਆ ਵੀ ਫਲਾਣੇ ਦਾ ਹੁੰਦੀ ਹੈ। ਥੋੜ੍ਹੇ ਜਿਹੇ ਅਸੀਂ ਕੰਮ ਦੇ ਲਾਲਚੀ ਸੀਗੇ, ਜਿਵੇਂ ਘਰੇਲੂ ਕੰਮ ਕਰਨਾ ਹੁੰਦਾ ਹੈਗਾ, ਅਸੀਂ ਫਿਰ ਨਾ ਗੌਰ ਕਰੀ। ਇਹ ਫਿਰ ਮਤਲਬ ਪ੍ਰਚਾਰ ਕਰਦਾ ਕਰਦਾ ਇੱਕ ਜਥਾ ਫਿਰ ਮੇਰੇ ਲੱਲੂਆਣਾ ਰੋਡ ਮੱਲੇ ਕੇ ਕੋਠੇ ਸਾਡੇ ਤਾਏ ਦੇ ਨਾਂ ਦੇ ਨੇ, ਉੱਥੇ ਆ ਗਏ। ਮੈਨੂੰ ਘਰੋਂ ਸਾਡਾ ਤਾਇਆ ਜੀ ਕਰਨੈਲ ਦਾ ਬਾਪ ਕਹਿੰਦਾ ਆਪ ਕੋਈ ਬਾਹਰ ਬੰਦੇ ਆਏ ਨੇ, ਉਹ ਮਹਾਂ ਜੀ ਵੋਟਾਂ ਵਾਟਾਂ ਵਾਲੇ ਹੋਣਗੇ ਕੰਮ ਕਰਦੇ ਆਪਦਾ, ਲਾਲਚੀ ਦੀ ਕੰਮ ਦੇ ਅਸੀਂ ਕਹਿੰਦਾ ਨਹੀਂ ਆ ਜਾ, ਅਸੀਂ ਤੁਰੇ ਗਏ। ਉੱਥੇ ਕਹਿੰਦਾ ਉਹ ਨੇ ਉਹ, ਚੱਲ ਮੈਂ ਗੱਲਬਾਤ ਸੁਣੀ, ਉਹ ਹਿਸਾਬ ਲਾ ਕੇ ਦੱਸਣ ਤੁਹਾਡੀ ਨਰਮ ਕਪਾਹ ਇਸ ਰੇਟ ਵਿਕਦੀ ਹੈ, ਪੱਗ ਦਾ ਆਹ ਰੇਟ ਬਣਦਾ, ਉਹ ਜੋੜ ਕੇ ਦੱਸਣ ਵੀ ਇੰਨਾ ਮੁਨਾਫਾ ਕਾਰਖਾਨੇਦਾਰ ਖਾਂਦਾ ਹੈਗਾ। ਮੈਂ ਫਿਰ ਉਹਨਾਂ ਕਿਹਾ ਵੀ ਆਓ ਚਾਹ ਪਿਓ, ਕਹਿੰਦੇ ਚਾਹ ਤਾਂ ਨਹੀਂ, ਤੂੰ ਸਾਡੇ ਨਾਲ ਚੱਲ ਪਿੰਡ 'ਚ ਰੇਲੀਆਂ ਕਰਾ ਦੇ। ਅੱਛਾ, ਫਿਰ 3 ਥਾਂ ਉਹਨਾਂ ਨਾਲ ਰੇਲੀਆਂ ਕਰਾਈਆਂ, ਮੁੜਦਿਆਂ ਨੂੰ ਫਿਰ ਅਸੀਂ ਰੋਟੀ ਖਵਾਈ, ਉਹ 10 ਕੁ ਬੰਦੇ ਸੀ, ਅਸੀਂ 2-2 ਲੈ ਗਏ ਆਪਦੇ ਘਰੇ, ਸਮਝ ਲਓ ਰੋਟੀ ਰੋਟੀ ਖਾ ਕੇ। ਉਦੋਂ ਬਾਅਦ ਬਸ ਫਿਰ ਉਹਨਾਂ ਨਾਲ ਤਾਲਮੇਲ ਕਰ ਲਿਆ, ਮਤਲਬ ਫਿਰ। ਅੱਛਾ, ਫਿਰ ਤੁਹਾਡਾ ਜੇਲ੍ਹ ਦਾ ਸਫ਼ਰ ਐਵੇਂ ਚੱਲ ਪਿਆ ਸੀਗਾ? ਜੇਲ੍ਹ ਦਾ ਸਫ਼ਰ ਇਹ ਨਹੀਂ ਚੱਲਿਆ ਨਾ, ਦੁੱਧ ਮੋਰਚਾ ਲੱਗ ਗਿਆ, ਲੱਗੇ ਹੋਏ ਸੀ ਦੁੱਧ ਮੋਰਚਾ। ਹਾਂ, ਦੁੱਧ ਮੋਰਚੇ ਦੇ ਇਹਨਾਂ ਨੇ ਆ ਕੇ ਜਦੋਂ ਫਿਰ ਮਤਲਬ ਇਕੱਠ ਕਰਿਆ, ਸਮਝ ਲੈ ਵੀ 3 ਮਹੀਨੇ ਦੀ 13 ਤਰੀਕ ਨੂੰ ਸਮਝ ਲਿਆ ਵੀ ਇੱਥੇ ਜੇ ਕਹਿ ਦਈਏ ਮੀਟਿੰਗ ਕਰੀ ਮਾਨਸਾ ਦੇ ਵਿੱਚ। ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਮਤਲਬ ਸਾਰਾ ਕੁਛ ਸਮਝਾਇਆ ਵੀ ਆਪਾਂ ਇੱਥੇ ਇਕੱਠ ਕਰਨਾ ਹੈਗਾ। ਉਹ ਮੀਟਿੰਗ ਮੇਰੇ ਖਿਆਲ 9 ਤਰੀਕ ਦੀ, ਅਤੇ ਉਹ 13 ਤਰੀਕ ਨੂੰ ਬਠਿੰਡੇ ਇਕੱਠ ਰੱਖਤਾ ਉਹਨਾਂ ਨੇ ਵੀ ਭਾਈ ਦੁੱਧ ਦਾ ਰੇਟ ਘੱਟ ਹੈਗਾ, ਦੁੱਧ ਰੋਕਣਾ ਪਿੰਡਾਂ 'ਚ, ਸ਼ਹਿਰਾਂ ਦੁੱਧ ਨਹੀਂ ਆਉਣ ਦੇਣਾ। ਮੇਰਾ ਖਿਆਲ ਹੈ ਵੀ 18 ਦੀ ਮੀਟਿੰਗ ਫਿਰ ਰੱਖਤੀ ਦੁਬਾਰੇ ਮਾਨਸਾ ਸਾਡੇ ਇੱਥੇ ਧਰਮਸ਼ਾਲਾ ਹੁੰਦੀ ਸਟੇਸ਼ਨ ਦੇ ਲਵੇ। ਚੱਲ ਮੈਂ ਉੱਥੇ ਚਲਿਆ ਗਿਆ ਬੈਠੋ ਇਕੱਠੋ ਮੀਟਿੰਗ ਦੇ ਵਿੱਚ। ਮੇਰਾ ਖਿਆਲ ਆ ਖੁੱਲ੍ਹਾ ਇਕੱਠ ਸੀਗਾ, 250 ਬੰਦੇ ਦਾ ਇਕੱਠੋ। ਸੰਗਰੂਰ ਤੋਂ 2 ਲੀਡਰ ਆਏ ਉੱਧਰੋਂ ਸਮਝਾਉਣ, ਚਲੇ ਵਾਂਗੂ ਬੋਲਣਾ, ਮੈਨੂੰ ਭਰਾ ਲੈਣਾ, ਭਰੇ ਬੋਲਦੇ ਨੇ ਯਾਰ, ਇਹ ਮਤਲਬ ਹੁੰਦੀ ਹੈ ਬੰਦੇ ਨੂੰ। ਚਲੋ ਕਰਦੇ ਕਰਦੇ ਉਦੋਂ ਮਾਨਸਾ ਦੀ ਘੇਰਾਬੰਦੀ ਕਰੀ, ਮਤਲਬ ਉਹਨਾਂ ਨੇ ਸ਼ੁਰੂ ਕਰ ਲਈ ਵੀ ਜਿਵੇਂ ਖੋਖਰ ਪਿੰਡ ਆ ਇੱਧਰ, ਕਹਿ ਦਈਏ ਵੀ ਖੋਖਰ ਕੌਣ ਰੋਕੂਗਾ, ਉੱਥੇ ਦੀ ਨਿਰਮਲ ਸਮਝ ਲੈ ਵੀ ਕਹਿ ਦਈਏ ਬੰਦਾ ਪੁਰਾਣਾ
ਜੇਕਰ ਜਥੇਬੰਦੀ 'ਚ ਰਿਹਾ ਸੀਗਾ ਉਹ ਕਹਿੰਦਾ ਵੀ ਸੜਕ ਮੈਂ ਰੋਕੂੰਗਾ। ਅੱਛਾ ਫਿਰ ਇੱਧਰੋਂ ਆ ਗਿਆ ਜਮਾਰਕਿਆਲਾ ਪੁਲ, ਵੀ ਜਮਾਰਕਿਆਲਾ ਪੁਲ ਕੌਣ ਰੋਕੂਗਾ, ਚਰਨਾ ਟੋਹਰੀ ਸੀਗਾ ਹੁਣ ਵੀ ਹੈਗਾ ਜੇ ਜਿਉਂਦਾ। ਅੱਛਾ ਅਤੇ ਉਹ ਕਹਿੰਦਾ ਵੀ ਮੈਂ ਰੋਕੂੰਗਾ। ਜਦੋਂ ਚਕੇਰੀ ਰੋਡ ਆ ਗਿਆ ਇੱਥੇ ਬੋਸੇ ਦੀ ਸਰਦਾਰਾਂ ਦਾ ਮੁੰਡਾ ਚਕੇਰੀ ਪਿੰਡ ਦਾ, ਉਹ ਵੀ ਮੀਟਿੰਗ 'ਚ ਬੈਠਾ ਸੀਗਾ, ਉਹ ਕਹਿੰਦਾ ਵੀ ਮੈਂ ਰੋਕੂੰਗਾ। ਜਦੋਂ ਲੱਲੂ ਵਾਲਾ ਰੋਡ ਆ ਗਿਆ, ਲੱਲੂ ਰੋਡ ਮੇਰੇ ਘਰ ਆ ਗਈ, ਕਹਿੰਦੇ ਵੀ ਇਹ ਕੋਈ ਰੋਕੂ, ਮੇਰਾ ਜੀ ਕਰੇ ਮੈਂ ਖੜਾ ਹੋ ਜਾਂ, ਔਰ ਖੜਾ ਨਾ ਹੋਇਆ ਜਾਵੇ ਵੀ ਖੜਾ ਕਿਵੇਂ ਹੋਈਏ, ਪਰ ਮੈਂ ਡਰਦਾ ਡਰਾਉਂਦਾ ਖੜਾ ਹੋ ਗਿਆ। ਮੈਂ ਫਤਿਹ ਬੁਲਾ ਕੇ ਜੀ ਮੈਂ ਕਿਹਾ ਮੈਂ ਰੋਕੂੰਗਾ। ਕਹਿੰਦੇ ਵੀ ਕੀ ਨਾਮ? ਮੈਂ ਉਰਦੂ ਸਿੰਘ ਹੈ। ਕਹਿੰਦੇ ਵੀ ਪਿੰਡ ਕਿਹੜਾ? ਮੈਂ ਕਿਹਾ ਜੀ ਮਾਨਸਾ ਸ਼ਹਿਰ ਹੀ ਹੈ। ਤਾੜੀਆਂ ਪੈ ਗਈਆਂ ਵੀ ਸ਼ਹਿਰ 'ਚੋਂ ਬੰਦਾ ਮਿਲ ਗਿਆ। ਬਸ ਉਹਨੂੰ ਫਿਰ ਸਾਨੂੰ ਸਮਾਨ ਫੜਾ ਗਏ, ਤੜਕੇ ਨੂੰ ਅਸੀਂ ਦੁੱਧ ਵਾਲੇ ਘੇਰੇ ਢੋਲ ਡੋਲਿਆ ਡਾਲਿਆ, ਕੋਈ ਮਾੜਾ ਮੋਟਾ ਕਲੇਸ਼ ਵੀ ਹੋਇਆ। ਬਸ 8 ਵਜੇ ਤੋਂ ਫਿਰ ਅਸੀਂ ਫੜੇ ਗਏ ਪੁਲਿਸ ਲੈ ਗਈ ਫੜ ਕੇ। ਅੱਛਾ, ਜਵਾਨੀ ਅਤੇ ਬਚਪਨ ਦੇ ਵਿੱਚ ਨਾ ਮੁੰਡੇ ਬੜੀਆਂ ਸ਼ਰਾਰਤਾਂ ਕਰਦੇ ਨੇ, ਹੁਣ ਤੁਸੀਂ ਸਮਝਾਉਂਦੇ ਵੀ ਹੋਵੋਗੇ ਕੋਈ ਐਵੇਂ ਦੀ ਸ਼ਰਾਰਤ ਕੋਈ ਐਵੇਂ ਦਾ, ਤੁਹਾਡਾ ਬਚਪਨ ਕਿਵੇਂ ਸੀਗਾ? ਸ਼ਰਾਰਤਾਂ ਵਾਲਾ ਸੀਗਾ ਜਾਂ ਫਿਰ ਲੜਾਕਾ ਜਿਹਾ ਸੀ? ਨਹੀਂ ਨਹੀਂ, ਮੇਰਾ ਖੜਕੂ ਸੁਭਾਅ ਹੈਗਾ ਤੇਗਾ। ਅੱਛਾ, ਮਤਲਬ ਦੇਖੋ ਐਂ ਨਹੀਂ ਵੀ ਕਿਸੇ ਨੂੰ ਜਾ ਕੇ ਤੰਗ ਕਰਨਾ ਜਾਂ ਕਿਸੇ ਦੇ ਵਾਰ ਕੇ ਲਲਕਰਾਂ ਮਾਰਨਾ। ਆਪਦੇ ਵਾਰ ਦੇ ਮੂਹਰੇ ਅਸੀਂ ਕਿ ਸਾਡੇ ਲਾਣੇ ਨੇ ਕਿਸੇ ਨੂੰ ਲੰਘਣੀ ਨਹੀਂ ਦਿੱਤਾ ਸੀਗਾ। ਅੱਛਾ, ਊਂ ਨਹੀਂ ਸੀਗੇ, ਊਂ ਅਸੀਂ ਹਮੇਸ਼ਾ ਵਾਸਤੇ ਪਹਿਲਾਂ ਤੋਂ ਮਜ਼ਦੂਰ ਪੱਖੀ ਕਹਿ ਦਈਏ, ਗਰੀਬ ਲੋਕ ਪੱਖੀ ਕਹਿ ਦਈਏ, ਸੁਣਦੇ ਪੱਖੀ ਰਹਾਂਗੇ, ਇਹ ਨਹੀਂ ਸੀ। ਪਰ ਜੇ ਬੰਦਾ ਤੰਗ ਕਰਨ ਆਉਂਦਾ ਫਿਰ ਨਹੀਂ ਅਸੀਂ ਗੇੜਾ ਖਾਣ ਦੇ ਦਿੱਤੀ, ਐਵੇਂ ਝੂਠ ਝੂਠ ਮਾਰੀਏ। ਫਿਰ ਇੰਨਾ ਕੁ ਖੜਕੂ ਸੁਭਾਅ ਹੈਗਾ ਸੀਗਾ, ਮੈਂ ਹੱਸਦਾ ਵੀ ਕਹਿੰਦਾ ਨਾ, ਮੈਂ ਕਿਹਾ ਮੈਂ 19 ਬੰਦੇ ਖੜਕਾਏ ਨੇ, ਬੀਮਾ ਰਹਿੰਦਾ ਕਿਤੇ ਨਾ ਕਿਤੇ ਖੜਕਾ ਦੂੰਗਾ ਜੇ ਲੋੜ ਆ ਗਈ ਚਾਲ। ਅੱਛਾ, ਹਾਂ ਜੇ ਲੋੜ ਆ ਉਹ ਕਰ ਦੂੰਗਾ। ਤੇ ਹੁਣ ਲੜਾਈ ਦੇ ਵਿੱਚ ਆਪਦੇ ਵੀ ਪੈਂਦੀਆਂ ਰਹਿੰਦੀ, ਅਗਲੇ ਦੀ ਬਾਈ ਦੋਨਾਂ ਤਰ੍ਹਾਂ ਦੀ ਪੈਂਦੀ ਹੁੰਦੀ, ਅਗਲੇ ਇਕੱਲੇ ਦੇ ਪੈਂਦੀਆਂ ਹੁੰਦੀਆਂ, ਉਹ ਕਰੇ ਆਪਾਂ ਨੇ ਸਾਰਾ ਕੁਛ, ਇੱਧਰ ਦੀ ਲੰਘੇ ਆ ਗਏ ਖੇਤੀ। ਮੈਂ ਇੱਕ ਸਮਝਾਉਣਾ ਹੁੰਦਾ ਹਰ ਇੱਕ ਮਤਲਬ ਬੰਦੇ ਨੂੰ, ਇਹ ਵੀ ਮੈਨੂੰ ਕਿਸੇ ਅਫਸਰ ਨੇ ਸਮਝਾਈ ਸੀ ਵੀ ਜ਼ਿੰਦਗੀ 'ਚ ਜਿਹੜਾ ਤੁਸੀਂ ਕੰਮ ਕਰਨਾ 100% ਕਰੋ, ਖੇਤੀ ਕਰਨੀ 100% ਕਰੋ, ਲੜਾਈ ਕਰਨੀ 100% ਕਰੋ, ਜਥੇਬੰਦੀ 'ਚ ਕਰਮਾ 100% ਕਰੋ। ਹੁਣ ਤੁਸੀਂ ਪੜ੍ਹਿਓ, ਜੇ 100% ਨੰਬਰ ਲਓਗੇ ਫਿਰ ਹੀ ਅਫਸਰ ਬਣੋਗੇ, ਅਫਸਰ ਬਣਾਂਗੇ। ਠੀਕ ਹੈ, ਮੈਂ ਜ਼ਿੰਦਗੀ ਦੇ ਵਿੱਚ ਜਿਹੜਾ ਕੰਮ ਕਰਿਆ ਗਾ, ਚਾਹੇ ਮੈਂ ਖੇਤੀ ਕਰਾਈ ਹੈ ਉਹ ਸਾਡੀ 100% ਸੀਗੀ, ਚਾਹੇ ਮੈਂ ਆਪਣੀ ਮੋਟੀ ਲੜਾਈ ਕਰੀ ਹੈ ਵੀ ਮਤਲਬ ਨਾਲ ਖੇਤੀ ਕਰਨ ਲੜਾਈ ਕਰਨੀ, ਉਹ 100% ਕਰੀ ਹੈ। ਜਿੱਦਾਂ ਜਥੇਬੰਦੀ 'ਚ ਪੈਰ ਧਰ ਲਿਆ ਸਮਝ ਲੈ, ਮਤਲਬ ਫਿਰ ਨਹੀਂ ਮੁੜ ਕੇ। ਮੈਂ ਜਦੋਂ ਜਥੇਬੰਦੀ 'ਚ ਰਹਿਣਾ, ਮੈਂ ਦੋ ਸਾਂਝੀ ਸੀ ਮੇਰੇ, ਸੀਰੀ ਕਹਿੰਦੇ ਆਪਾਂ ਪੁਰਾਣੇ ਜ਼ਮਾਨੇ 'ਚ, ਅਤੇ ਇੱਕ ਨੌਕਰ ਰੱਖਿਆ। ਹਾਂ ਹਾਂ, ਖੇਤੀ ਕਰਦੇ ਸੀ ਅਸੀਂ, ਸਾਡੇ ਉਦੋਂ ਉਹ ਨਹੀਂ ਦਿੰਦੀ ਤਨਖਾਹ, ਪੈਸੇ ਨਹੀਂ ਦਿੰਦੀ ਸਾਂਝ, ਉਹ ਸਾਂਝ ਹੈ ਹਿੱਸਾ ਹੁੰਦਾ ਜਿਵੇਂ ਮਤਲਬ ਉਹਨਾਂ ਦਾ ਬਾ ਕਹਿੰਦੇ। ਜੇ ਮੈਂ ਦੋ ਬੰਦੇ ਰੱਖੇ ਨੇ, ਚਾਰ ਹਿੱਸੇ ਮੇਰੇ, ਸਾਲ ਪੰਜਵਾਂ ਹਿੱਸਾ ਉਹਨਾਂ ਦਾ, ਉਹਨਾਂ ਦਾ ਉਦੋਂ ਇਹ ਚੱਲਦਾ ਹੁੰਦਾ ਕੁਛ, ਉਹਨਾਂ ਨੂੰ ਬਿਨਾਂ ਵਿਆਜ 'ਤੇ ਪੈਸੇ ਦਿੱਤੇ ਜਾਂਦੇ, ਉਹ ਸਾਰਿਆਂ ਨਾਲੋਂ ਵਧੀਆ ਗਲਤੀ। ਮਤਲਬ ਉਹ ਜਿਹੜਾ ਸਾਡਾ ਸਾਂਝੀ ਹੁੰਦਾ, ਅਸੀਂ ਵੀ ਉਹਨੂੰ ਪਿਆਰ ਕਰਦੇ, ਉਹ ਸਾਡਾ ਬਹੁਤ ਵੱਡਾ ਹਮਦਰਦ ਹੀ ਹੁੰਦਾ। ਜੇ ਕੋਈ ਖੇਤ ਦੇ ਵਿੱਚ ਗੜਬੜ ਖੜੀ ਹੋਊਗੀ ਤਾਂ ਇਹ ਨਹੀਂ ਸੀ ਪਿੱਛੇ ਹਟ ਜੂਗਾ, ਬਰਾਬਰ ਖੜਦਾ, ਜਿਹੜੀ ਉਹ ਪੁਰਾਣੀ ਸਾਂਝ ਸਾਡੀ ਮਜ਼ਦੂਰਾਂ ਨਾਲ ਚੱਲਦੀ ਸੀ। ਅੱਜ ਕੱਲ੍ਹ ਤਾਂ ਬੰਦਾ ਮਹੀਨੇ ਦੀ ਤਨਖਾਹ ਲੈਂਦਾ, ਮਹੀਨਾ ਪੂਰਾ ਹੋ ਗਿਆ ਦੂਜੇ ਦਿਨ ਆਵੇ ਨਾ ਆਵੇ, ਉਹ ਸਾਲ ਨਾ ਉਹਨੇ ਹੱਲਣਾ ਨਾ ਕਿਤੇ ਜਾਣਾ, ਪਿਆਰ ਨਾਲ ਕੰਮ ਕਰਨਾ, ਪਿਆਰ ਨਾਲ ਰਹਿਣਾ। ਬਿਲਕੁਲ ਐਵੇਂ ਹੁੰਦਾ ਸੀਗਾ। ਅੱਛਾ, ਮੇਲਿਆਂ 'ਚ ਘੁੰਮਿਓ ਕਦੇ? ਮੇਲਿਆਂ 'ਚ ਘੁੰਮਿਓ? ਮੇਲੇ 'ਚ ਜੇ ਤੁਸੀਂ ਗੱਲ ਕਹੇਗਾ ਵੀ ਮੈਂ, ਸਾਡੇ ਪਲਾੜੇ ਦਾ ਮੇਲਾ ਹੈ। ਅੱਛਾ, ਜੋਗੇ ਮੈਂ ਮੰਗਿਆ ਹੋਇਆ ਸੀਗਾ। ਅੱਛਾ, ਮੈਂ ਉਹ ਮੇਲਾ ਵੀ ਵੇਖਿਆ ਸੀਗਾ, ਨਾ ਥੋੜੀ ਤਾਈ ਨੂੰ ਵੇਖਿਆ ਸੀ। ਅੱਛਾ, ਚੜ੍ਹਦੀ ਜਵਾਨੀ ਚੜ੍ਹਦੀ, ਹਾਂ ਮੇਲਾ ਵੀ ਦੇਖਿਆ ਸੀਗੇ, ਤੇ ਉਹ ਘਰੇ ਬਸ ਮਾੜੀ ਕਸਰ ਸੀ, ਘਰੇ ਵੱਗ ਗਈ ਸੀ, ਘਰੋਂ ਉਸ ਵੇਲੇ ਰੁਕ ਕੇ ਜਾਣ ਕਰਨੀ, ਉਹ ਵੀ ਨਹੀਂ ਜਾਣਾ। ਅੱਛਾ, ਚਾਰ ਪੰਜ ਸਾਥੀ ਸੀ ਨਾਲ, ਉਹ ਸਿਆਣੇ ਬੰਦੇ, ਮੈਂ ਲੈਣਾ ਸੀ ਜਿਹੜੇ ਮੇਰੇ ਨਾਲ ਸੀਗੇ, ਉਹ ਮਤਲਬ ਸਿਆਣੇ ਬੰਦੇ ਸੀ, ਇਸ ਕਰਕੇ ਸਾਰਾ ਘਰ ਮੇਲੇ ਮੂਲੇ ਦਾ, ਉਦੋਂ ਮੇਲਿਆਂ ਦਾ ਹੀ ਸ਼ੌਂਕ ਹੁੰਦਾ ਜ਼ਿਆਦਾ।
ਇੱਕ ਆਇਆ ਜੀ ਉਦੋਂ ਜੇ ਕਹਿ ਦੀਏ ਗਾਇਕ ਮਤਲਬ ਗਾਉਣ ਵਾਲੇ ਸਦੀਕ ਹੋਵੇ ਚਾਹੇ ਕੋਈ ਵੀ ਹੋ ਪੁਰਾਣੇ ਜ਼ਮਾਨੇ ਦੇ ਕਹਿ ਦੀਏ ਇਹ 'ਚ ਨਹੀਂ ਮੈਂ ਬਾਹਲੀ ਦਿਲਚਸਪੀ ਲੈਂਦਾ ਅੱਛਾ ਨਾ ਨਾ ਇਹ ਜੇ ਕਿਤੇ ਨੇੜੇ ਵੀ ਲੱਗਣਾ ਵੀ ਨਹੀਂ ਕੋਈ ਗੀਤਕਾਰ ਨਹੀਂ ਨਾ ਨਾ ਮੈਂ ਗਿਆ ਹੀ ਨਹੀਂ ਬਸ ਗੀਤਕਾਰ ਕਰਨੀ ਮੈਂ ਧਿਆਨ ਕੀਤਾ ਹੀ ਨਹੀਂ ਲੋਕ ਤਾਂ ਕਹਿੰਦੇ ਬੜਾ ਟ੍ਰੈਂਡ ਹੁੰਦਾ ਸੀ ਗੀਤਕਾਰਾਂ ਦਾ ਬਹੁਤ ਜ਼ਿਆਦਾ ਮਖਾ ਜੇ ਕਹਿ ਜੇ ਖੜਨ ਥਾਉਂ ਨਹੀਂ ਰਹਿੰਦਾ ਤਾਂ ਇੰਨਾ ਇਕੱਠ ਹੁੰਦਾ ਸੀਗਾ ਪਰ ਮੈਂ ਇਹਦੇ ਵਾਲਾ ਵੱਧ ਇੱਧਰ ਝਾਕ ਕਰੀ ਨੀਗੀ ਮਤਲਬ ਜਾਂ ਆਪਦੀ ਖੇਤੀ ਜਾਂ ਕੰਮ ਫਿਰ ਅੱਛਾ ਜਿਵੇਂ ਤੁਸੀਂ ਕਿਹਾ ਇਸ਼ਕ ਦੀ ਗੱਲ ਕੀਤੀ ਹੈ ਨਾ ਉਹ ਤਾਂ ਇਸ਼ਕ ਵਾਲੇ ਵੀ ਬੜੇ ਗੀਤ ਗਾਉਂਦੇ ਸੀਗੇ ਹਾਂਜੀ ਇਸ਼ਕ ਵਾਲੇ ਵੀ ਬੜੇ ਗੀਤ ਗਾਉਂਦੇ ਸੀ ਉਹ ਤਾਂ ਅਸੀਂ ਇੱਕ ਪ੍ਰੇਮ ਜਿਹਾ ਜਾਗ ਹੀ ਜਾਂਦਾ ਵੀ ਯਾਰ ਸੁਣ ਲਈਏ ਅਸੀਂ ਜਿਹੜੇ ਪੁਰਾਣੇ ਬੰਦੇ ਸੀ ਅਸੀਂ ਕਲੀਆਂ ਗਾਉਂਦੇ ਹਲ ਬੁੰਦੇ ਮਤਲਬ ਕਲੀ ਚਾਹੇ ਮਿਰਜੇ ਦੀ ਹੋਵੇ ਚਾਹੇ ਕਿਸੇ ਦੀ ਵੀ ਹੋਵੇ ਰਾਂਝੇ ਦੀ ਹੋਵੇ ਜਿਹੜੇ ਪੁਰਾਣੇ ਬੰਦੇ ਸੀ ਅਸੀਂ ਹਲ ਬੁੰਦੇ ਸੀਗੇ ਉਹ ਗੀਤ ਦੀ ਬਜਾਏ ਕਲੀ ਲਾਉਂਦੇ ਉਹ ਰਾਤ ਨੂੰ ਕਲੀਆਂ ਹਾਂ ਕਲੀਆਂ ਬਹੁਤ ਸੋਹਣੀਆਂ ਹੁੰਦੀਆਂ ਉਹ ਸੁਣਨ 'ਚ ਵੀ ਨਹੀਂ ਮਾੜੀਆਂ ਲੱਗਦੀਆਂ ਤੀਆਂ ਕਿਸੇ ਨੂੰ ਭਾਵੇਂ ਕੋਈ ਘਰ ਨੇੜੇ ਪੈਂਦਾ ਕਿਵੇਂ ਪੈਂਦਾ ਉਹ ਠੀਕ ਰਹਿੰਦਾ ਸੀ ਕੰਮ ਉਸ ਹੋਵੇ ਉਦੋਂ ਸ਼ੌਂਕ ਜ਼ਿਆਦਾ ਹਾਲੀ ਅਤੇ ਪਾਲੀ ਕਹਿ ਦਈਏ ਉਹਨਾਂ ਨੂੰ ਕਲੀਆਂ ਦਾ ਸ਼ੌਂਕ ਹੁੰਦਾ ਗੀਤਾਂ ਨੂੰ ਅੱਛਾ ਇਹ ਚੀਜ਼ਾਂ ਸੀਗੀਆਂ ਹਾਂਜੀ ਤੇ ਮੇਲੇ ਦੇ ਵਿੱਚੋਂ ਕਦੇ ਪੱਟ ਤੇ ਮੋੜ ਨਹੀਂ ਪਵਾਈ ਕਹਿੰਦੇ ਪਹਿਲਾਂ ਬੜਾ ਸ਼ੌਂਕ ਹੁੰਦਾ ਸੀ ਕਹਿੰਦਾ ਹਾਂ ਇਹ ਬਹੁਤ ਸੋਹਣਾ ਸਵਾਲ ਕਰਿਆ ਮੈਂ ਅੱਜ ਤੱਕ ਕਦੇ ਸ਼ਾਂਪ ਕਦੇ ਕੜਾ ਧਾਤ ਆ ਜਿਹੜੀ ਤੁਸੀਂ ਵੱਡੀ ਗੱਲ ਹੀ ਕਹੀ ਤੇ ਮੈਂ ਲਵੇ ਵੀ ਨਹੀਂ ਲੱਗਣ ਦਾ ਕਦੇ ਕਿਉਂ ਅਜਿਹਾ ਕਿਉਂ ਨਹੀਂ ਮਨ 'ਚ ਸੀਗਾ ਤਾਂ ਸੀਸਾ ਜਾਂ ਮੋਚਨਾ ਜਾਂ ਕਹਿ ਦਈਏ ਕਦੇ ਜ਼ਿੰਦਗੀ ਦੇ ਲਵਿਆ ਨਹੀਂ ਲਾਇਆ ਆਪਦੇ ਜਿਹੜੇ ਆ ਵਾਲ ਮੇਰੇ ਹੈਗੇ ਨੇ ਜਿਵੇਂ ਹੈਗੇ ਨੇ ਉਹ ਮਜੁਕਰੀ ਨੇ ਬਸ ਅੱਛਾ ਹਾਂ ਕੋਈ ਬਾਹਰਲਾ ਕੋਈ ਸ਼ਿੰਗਾਰ ਨਹੀਂ ਹਾਂ ਨਹੀਂ ਪਹਿਲਾਂ ਪਹਿਲਾਂ ਜਦੋਂ ਮੈਂ ਛੋਟਾ ਸੀ ਉਦੋਂ ਮਾਤਾ ਜੀ ਸਿਰ ਮਨਾਉਣ ਦੀ ਕਹਿ ਕੇ ਵੀ ਮੈਨੂੰ ਰੱਖਣੇ ਔਖੇ ਨੇ ਫਲਾਣੇ ਜਦੋਂ ਮੈਨੂੰ ਸੁਰਤ ਸੰਭਲ ਗਈ ਉਦੋਂ ਮੈਂ ਕੇਸ ਰੱਖ ਲਏ ਬਸ ਇੰਨਾ ਦਾੜੀ ਮੇਰੀ ਐਵੇਂ ਜੁਕਰੀ ਆ ਮਤਲਬ ਹਾਂ ਪਹਿਲਾਂ ਪਹਿਲਾਂ ਜਦੋਂ ਕੱਲੀਆਂ ਮੁੱਛਾਂ ਤੀਆਂ ਉਦੋਂ ਥੋੜ੍ਹਾ ਜਿਹਾ ਹੈਗਾ ਤੀਗਾ ਵੀ ਬੁਰੀ ਜਿਹੀ ਲੱਗਦੀ ਥੋੜ੍ਹੀ ਉਦੋਂ ਕੱਲੀਆਂ ਮੁੱਛਾਂ ਰੱਖ ਲਈ ਉਦੋਂ ਬਾਅਦ ਜਦੋਂ ਦਾੜੀ ਰੱਖ ਲਈ ਮੁੜ ਕੇ ਨਹੀਂ ਫਿਰ ਆਪਾਂ ਨੂੰ ਮੁੜ ਕੇ ਨਹੀਂ ਹਾਂ ਅੱਛਾ ਕਿਉਂ ਸ਼ਿੰਗਾਰ ਨਹੀਂ ਕਿਉਂ ਨਹੀਂ ਕਰਦੇ ਤੁਸੀਂ ਵੀ ਇੱਕ ਬੰਦੇ ਨੂੰ ਹੁੰਦਾ ਚਾਂਪਾ ਪਾ ਲਿਆ ਕਿਉਂਕਿ ਕਹਿੰਦੇ ਜੱਟ ਨੂੰ ਤਾਂ ਸ਼ੌਂਕ ਬੜਾ ਹੁੰਦਾ ਹੱਥ 'ਚ ਸੋਨਾ ਨਾ ਹੋਵੇ ਗਲ 'ਚ ਸੋਨਾ ਨਾ ਹੋਵੇ ਪੱਟ 'ਤੇ ਮੋਰਨੀ ਨਾ ਪਵਾਈ ਹੋਵੇ ਡੋਲੇ 'ਤੇ ਸ਼ੇਰ ਨਾ ਹੋਵੇ ਬਾਜ ਨਾ ਹੋਵੇ ਕਹਿੰਦੇ ਸਵਾਦ ਨਹੀਂ ਆਉਂਦਾ ਕਹਿੰਦੇ ਜਿੰਨਾ ਚੱਕਰ ਬੰਦਾ ਕਬੀਲਦਾਰੀ ਜਿਵੇਂ ਸੌਖਾ ਨਾ ਹੋਵੇ ਉਹਨਾਂ ਚੱਕਰ ਵਾਲੇ ਸ਼ੌਂਕ ਨਹੀਂ ਕਰਨੇ ਚਾਹੀਦੇ ਗਾਹਾਂ ਨੂੰ ਮੈਂ ਸਮਝਾਉਂਦਾ ਭਾਵੇਂ ਆਪਾਂ ਨੌਜਵਾਨ ਆ ਚਾਹੇ ਕਿਵੇਂ ਆ ਆਪਾਂ ਮਾਂ ਪਿਓ ਨੂੰ ਕਹਾਂਗੇ ਨਾ ਹਾਂਜੀ ਵੀ ਮੈਨੂੰ ਆਹ ਚੀਜ਼ ਲੈ ਕੇ ਦੇ ਮੈਨੂੰ ਆਹ ਕੜਾ ਬਣਾ ਕੇ ਦੇ ਮੈਨੂੰ ਸ਼ਾਮ ਬਣਾ ਕੇ ਦੇ ਫਲਾਨਾ ਕੁਛ ਕਰਕੇ ਦੇ ਇਹ ਮੈਨੂੰ ਥੋੜ੍ਹੀ ਜਿਹੀ ਜਿਹੜੀ ਮੇਰੀ ਕਬੀਲਦਾਰੀ ਦੀ ਘਰ ਦੀ ਉਹ ਮੇਰੀ ਬਚਪਨ 'ਚ ਹੀ ਮੇਰੇ ਮਤਲਬ ਗਲ ਪਈ ਗਈ ਕਿਉਂ ਜਿਹੜੇ ਸਾਡੇ ਬਾਪੂ ਜੀ ਦੇ ਬਹੁਤ ਸਧਾਰਨ ਸੀਗੇ ਆਮ ਸਧਾਰਨ ਕਿਸਾਨ ਨੂੰ ਕਬੀਲਦਾਰੀ ਦੇ ਨਹੀਂ ਉੱਤੇ ਕਰਦੇ ਸੀ ਉਹ ਖੇਤੀ ਵੀ ਨਹੀਂ ਕਰਦੇ ਸੀ ਖੇਤੀ ਵੀ ਜਦੋਂ ਮੈਂ ਤਕੜਾ ਹੋਇਆ ਥੋੜ੍ਹਾ ਜਿਹਾ ਅਡਾਰ ਹੋਇਆ ਮੈਂ ਖੇਤੀ ਫਿਰ ਆਪਦੀ ਆਪ ਚਲਾਈ ਦੀ ਉਹ ਫਿਰ ਜਿਵੇਂ ਕਹੀਦੀ ਕਬੀਲਦਾਰੀ ਵਾਸਤੇ ਹੱਥ 'ਚ ਆ ਗਈ ਕਿਹੜੇ ਕਿਹੜੇ ਫਿਰ ਤਾਂ ਕਬੀਲਦਾਰੀ ਮਤਲਬ ਲੋਟ ਆਉਂਦੀ ਹੈ ਜੇ ਆਪਾਂ ਗੱਲ ਕਰ ਲਈਏ ਇਹੀ ਹੁੰਦਾ ਨਾ ਪਰ ਇੱਧਰ ਨੂੰ ਬੜਾ ਸਾਨੂੰ ਜਾਣਾ ਨਹੀਂ ਚਾਹੀਦਾ ਮੈਂ ਕਈ ਨੌਜਵਾਨਾਂ ਨੂੰ ਕਹਿੰਦਾ ਜਿਹੜੇ ਹੁਣ ਮੋਢਾ ਮਾਢਿਆ 'ਤੇ ਪਵਾ ਲਏ ਇਹ ਵਡੇਪੇ ਜਾ ਕੇ ਦੇਖੋ ਕੀ ਬਣੂਗੀ ਜਦੋਂ ਬੰਦਾ ਮਤਲਬ ਜੇ ਲੰਮੀ ਉਮਰ ਲਵੇ 90 ਸਾਲ ਤੱਕ ਜਾਵੇ ਫਿਰ ਆਹ ਸਾਰਾ ਕੁਛ ਇੱਥੋਂ ਦਿਖੂਗਾ ਕਿੰਨਾ ਦੇਖਣ 'ਚ ਤਾਂ ਬੁਰਾ ਲੱਗਦਾ ਕਿੰਨਾ ਲੱਗਦਾ ਆਪਾਂ ਗੱਲ ਕਰੀਏ ਇਹ ਤਾਂ ਬਚ ਕੇ ਰਹਿਣਾ ਚਾਹੀਦਾ ਸਾਡੇ ਨੌਜਵਾਨਾਂ ਨੂੰ ਬਿਲਕੁਲ ਚਲੋ ਕੜਾ ਸ਼ਾਂ ਪਾ ਲਈਏ ਲੈਦੀਆਂ ਗੱਲਾਂ ਨਹੀਂ ਹੁੰਦਾ ਕੱਪੜਾ ਚੰਗਾ ਪਾ ਲਿਆ ਉਹ ਹੁੰਦਾ ਨਾ ਗੱਲ ਅਸਲ ਜੇ ਹੋਵੇ ਤਾਂ ਖੁਰਾਕ ਹੋਵੇ ਬਿਲਕੁਲ ਮਾਤਾ ਜੇ ਤੁਹਾਨੂੰ ਚੰਗੀ ਖੁਰਾਕ ਮਿਲਦੀ ਹੈ ਖਾਣ ਨੂੰ ਫਿਰ ਤੁਹਾਡੀ ਸਿਹਤ ਠੀਕ ਹੈ ਤਾਂ ਸਾਰਾ ਕੁਛ ਠੀਕ ਹੈ ਜੇ ਤੁਹਾਡੀ ਸਿਹਤ ਠੀਕ ਨਹੀਂ ਫਿਰ ਕੁਛ ਵੀ ਠੀਕ ਨਹੀਂ ਉਹਨੇ ਕਿਹਾ ਜੀ ਨਾ ਇੱਕ ਪਖਾਣਾ ਪਾਉਂਦੇ ਨੇ ਆਮ ਮੁਸਲਮਾਨ ਨੂੰ ਪੁੱਛਿਆ ਵੀ ਖਾਣਾ ਕਿਹੜਾ ਠੀਕ ਹੈ ਉਹ ਕਹਿੰਦਾ 100 ਨਾਬਤ ਪਈ ਹੋਵੇ 100 ਖਾਣਾ ਪਿਆ ਹੋਵੇ ਪਰ ਸਰੀਰ ਠੀਕ ਚਾਹੀਦਾ ਕਹਿੰਦਾ ਜੇ 100 ਵੀ ਪਿਓ ਕੋਈ ਕੰਮ ਦਾ ਨਹੀਂ ਜੋ ਸਰੀਰ ਠੀਕ ਨਹੀਂਗਾ ਜੇ ਤੁਹਾਡਾ ਸਰੀਰ ਨਹੀਂ ਠੀਕ ਹੈਗਾ ਤਾਂ ਬੜਾ ਸ਼ੌਂਕ ਵੀ ਨਹੀਂ ਚੱਲਦਾ ਅੱਛਾ ਇਹ ਵੀ ਬੜਾ ਰਹਿੰਦਾ ਸੀ ਕਹਿੰਦੇ ਪੁਰਾਣੇ ਮਾਨਸਾ ਪਿੰਡ ਤਾਂ ਹਜੇ ਵੀ ਕਹਿੰਦੇ ਪੁਰਾਣੇ ਹੀ ਆ ਪਰ ਮਾਨਸਾ ਹੋ ਗਿਆ ਨਾਲ ਨੇੜੇ ਤੇੜੇ ਦੇ ਪਿੰਡ ਹੋ ਗਏ ਉਵੇਂ ਕਹਿੰਦੇ ਵਸਿਆ ਆ ਕਹਿੰਦੇ ਘਿਓ ਦੀਆਂ ਬਾਟੀਆਂ ਭਰ ਭਰ ਪੀਂਦੇ ਸੀ ਮਾਨਸਾ ਸਾਡਾ ਜੀ ਇਹਦੀ ਤੁਹਾਨੂੰ ਗੱਲ ਕਹਿ ਦਈਏ ਵਸਣ ਦੀ ਪਹਿਲਾਂ ਇਹ ਸਾਡਾ ਪਿੰਡ ਧਾਲੀ ਵਾਲੇ ਅਤੇ ਪੂਣੀਆਂ ਦਾ ਸੀ ਅੱਛਾ ਸਿਰਫ ਘਰ 5-10 ਘਰ ਹੁੰਦੇ ਝੁੰਬੀਆਂ ਆਉਂਦੀਆਂ ਘਰ ਤਾਂ ਕਿਹੜੇ ਹੁੰਦੇ ਝੁੰਬੀਆਂ ਆਉਂਦੀਆਂ ਉਦੋਂ ਇਹ ਫਿਰ ਮਾਨ ਗੋਤ ਆਇਆ ਫਿਰ ਬਾਹਰੋਂ ਇੱਥੇ
ਮਾਨਗੋਤ ਨੇ ਫਿਰ ਇੱਥੇ ਇੱਕ ਸਾਡੇ ਬਾਬਾ ਭਾਈ ਗੁਰਦਾਸ ਹੈਗਾ, ਅੱਛਾ, ਉਹ ਇਹਨਾਂ ਦੇ ਪੂਣੀਆਂ ਦੇ ਕਹਿ ਦਈਏ ਜਾਂ ਧਾਲੀਵਾਲਾਂ ਦੇ ਉਹ ਵਿਆਹਿਆ ਸੀਗਾ, ਉਹ ਕਿਤੇ ਲੈਣਾ ਨੇ ਸਾਡੀ ਮਾਤਾ ਉਹ ਨਹੀਂ ਤੋਰੀ ਉਸ ਮੌਕੇ ਦੇ ਬਜ਼ੁਰਗਾਂ ਨੇ ਵੀ ਇੱਥੇ ਤੋਰਦੇ ਨਹੀਂ, ਉਹ ਫਿਰ ਇੱਥੇ ਮਤਲਬ ਡੇਰਾ ਲਾ ਕੇ ਬਹਿ, ਉਹ ਕਹਿੰਦਾ ਮੈਂ ਸਿੱਧ ਬਣ ਜੂ ਜੇ ਨਾ ਤੁਸੀਂ ਇਹ ਕਰਦੇ ਕੰਮ, ਉਹ ਕਹਿੰਦਾ ਤੂੰ ਤਾਂ ਕਿਤੇ ਵੱਡਾ ਸਾਧਨਾ ਬਣ ਜਾ, ਸਿੱਧ ਨਾ ਬਣ ਜਾ, ਉਹ ਫਿਰ ਬਹਿ ਕੇ ਅੱਜ ਵੀ ਉਹਦੇ ਨਾਂ 'ਤੇ ਬਹੁਤ ਵੱਡਾ ਜੇਕਰ ਭਾਈ ਗੁਰਦਾਸ ਸਾਡਾ ਚੱਲਦਾ, ਸਾਰਾ ਸ਼ਹਿਰ ਮੰਨਦਾ ਸਾਡਾ ਉਹਨੂੰ, ਅੱਛਾ, ਸੰਤ ਨੇ ਜ਼ਮੀਨ ਹੈ ਉਹਦੇ ਨਾਂ 'ਤੇ ਮੇਰਾ ਖਿਆਲ ਹੈ ਕਾਫੀ, ਮਤਲਬ ਜੇ ਆਪਾਂ ਕਹਿ ਦਈਏ ਵੀ ਉਹ ਉਦੋਂ ਫਿਰ ਮਾਨ ਪਰਿਵਾਰ ਆ ਗਿਆ, ਮਾਨ ਪਰਿਵਾਰ ਦੀ ਫਿਰ ਰਿਸ਼ਤੇਦਾਰੀ ਮਹਾਰਾਜ ਪਟਿਆਲੇ ਨਾਲ ਪੈ ਗਈ, ਮਤਲਬ ਚਲੋ ਪੈਂਦੀ ਹੁੰਦੀਆਂ ਰਿਸ਼ਤੇਦਾਰੀਆਂ, ਫਿਰ ਛੋਟੀ ਮਾਨਸਾ ਬੱਝੀ ਨਾਲ ਲੱਗਦੀ ਉਹਨਾਂ ਨੂੰ ਪਿੰਡ ਲਾਟ ਕਰਿਆ ਵਾ ਕਿਤੇ ਮਾਨਸਾਈਆਂ ਨੂੰ, ਫਿਰ ਮਾਨ ਤੋਂ ਫਿਰ ਦੂਜੇ ਪਰਿਵਾਰ ਸਮੇਂ ਸਾਡਾ ਪਿੰਡ ਮਗਰਲਾ ਨੰਗਲ ਹੈ ਜੇ ਕਹਿ ਜੀ ਵੱਡਾ ਨੰਗਲ, ਸਾਡਾ ਗੋ ਸਿੱਧੂ ਹੈ, ਸਾਨੂੰ ਤਾਂ ਇੱਥੇ ਬਾਪੂ ਜੀ ਦੇ ਨਾਨਕੇ ਸੀਗੇ, ਸਾਨੂੰ ਮੇਰਾ ਖਿਆਲ ਹੈ ਵੀ 80 ਕਿੱਲੇ ਮੁੰਗੂ ਵਾਹਣ ਮਿਲੇ ਇੱਥੇ, ਮਤਲਬ ਬਾਪੂ ਜੀ 5 ਭਾਈ ਸੀਗੇ, ਸਾਡਾ ਪਿੰਡ ਪਰ ਨੰਗਲ ਰਹਿ ਗਿਆ। ਇਹ ਹੈ ਘਿਓ ਦੀਆਂ ਬਾਟੀਆਂ ਪੀਤੀਆਂ ਤੁਸੀਂ? ਹਾਂ, ਘਿਓ ਪੂਰਾ ਖਾਧਾ, ਪੂਰਾ ਡੱਟ ਕੇ, ਜਿੰਨਾ ਵੀ ਖਾਧਾ ਗਿਆ ਉਹਨਾਂ ਖਵਾਇਆ, ਮਾਤਾ ਨੇ ਵੀ ਖਵਾਇਆ, ਆਪਦੇ ਹੱਥ 'ਚ ਵੀ ਹੈਗਾ ਜੀ ਖਾਣ ਪੀਣ ਦਾ। ਅੱਜ ਵੀ ਮੈਂ ਜੇ ਆਖੇਗਾ ਵਧੀਆ ਖੁਰਾਕ ਕਰਨਾ, ਮੇਰਾ ਇੱਕ ਘਰੇ ਸੁਭਾਅ ਹੈਗਾ ਜੇ ਮੈਂ ਕਹਿੰਦਾ ਵੀ ਆਹ ਚੀਜ਼ ਖਾਣੀ ਹੈ, ਜਿੰਨੇ ਦਿਨ ਮੈਂ ਜਵਾਬ ਨਹੀਂ ਦਿੰਦਾ ਵੀ ਮੈਂ ਖਾਣੀ ਨਹੀਂ ਇਹ, ਬਦਲ ਕੇ ਦਿਓ, ਉਹਨੇ ਦਿਨ ਉਹੀ ਆਈ ਜਾਊ, ਉਹੀ ਆਈ ਜਾਊ। ਹੁਣ ਵੀ ਉਹ ਵੀ ਚੰਗਾ ਮਤਲਬ ਕਾਜੂ ਬਦਾਮ ਜਾਂ ਆਪਣਾ ਫੁਟਕ ਰੱਖਦੇ ਕੋਲ, ਫਿਰ ਸਿਹਤ ਰਹਿੰਦੀ ਨਹੀਂ ਠੀਕ, ਕਮੀ ਹੋ ਜੂਗੀ। ਆਹ ਜਦੋਂ ਮੇਰਾ ਐਕਸੀਡੈਂਟ, ਮੈਂ ਖਾਸਾ ਕਮਜ਼ੋਰ ਹੋ ਗਿਆ ਸੀਗਾ, ਮੈਂ ਤੜਕੇ ਕਰਨਾ ਇਹਨਾਂ ਵੀ ਹੱਸਦਾ ਸੀ, ਮੈਂ ਅੱਜ ਮੈਂ ਪੌੜੀ ਤੇਰੇ ਬਰਾਬਰ ਚੜ ਗਿਆ, ਨਹੀਂ ਮੈਨੂੰ ਫੜ ਕੇ ਚੜਾਉਂਦੇ ਨੇ, ਅੱਛਾ, ਨੈਲੀ ਸਟੇਜ 'ਤੇ ਚੜਾਵੇ, ਕਰਨੈਲ ਹੀ ਸਾਰਾ ਕੁਛ ਹੋ ਗਿਆ, ਅੱਜ ਅਸੀਂ ਦੋਨੇ ਇਕੱਠੇ ਹੋ ਗਏ, ਇਹ ਵੀ ਚੜ ਗਿਆ, ਮੈਂ ਵੀ ਪੌੜੀਆਂ ਚੜਿਆ, ਮਗਰ ਰਹਿ ਤਾਂ ਮੈਂ ਚੜਿਆ ਤੇਰੇ ਨਾਲ ਪੌੜੀ। ਅਤੇ ਇਸ ਕਰਕੇ ਜੇ ਤੁਸੀਂ ਖੁਰਾਕ ਦਾ ਧਿਆਨ ਰੱਖੋ ਥੋੜ੍ਹਾ ਜਿਹਾ, ਮਤਲਬ ਇਹੀ ਤਾਂ ਗੱਲ ਕਹਿੰਦੀ ਵੀ ਇੱਕ, ਹਾਂ ਮੈਂ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ, ਦੇਖੋ ਮੰਦਰ ਜਾਓ, ਮਹੱਜਿਦ ਜਾਓ, ਗੁਰਦੁਆਰੇ ਜਾਓ, ਜਾਣਾ ਅਗਲੇ ਦਾ ਧਰਮ ਹੈ, ਪਰ ਤੜਕੇ ਜਦੋਂ ਤੁਸੀਂ ਉੱਠੋ, ਉੱਠਣ ਵੇਲੇ ਤੁਸੀਂ ਪੰਥੀ ਮਾਰੋ, ਮੂੰਹ ਤੋਂ ਦੀ ਹੱਥ ਫੇਰੋ ਵੀ ਕੀ ਖਾਧਾ, ਕਿਹੜੀ ਚੀਜ਼ ਖਾਧੀ ਜਿਹੜੀ ਤੁਹਾਨੂੰ ਖਰਾਬ ਕਰਦੀ ਹੈ, ਉਸਨੂੰ ਤੜਕੇ ਦੱਸ ਦਿਓ, ਮੇਰੀ ਗੱਲ ਹੈ, ਉਹਨੂੰ ਚੀਜ਼ ਛੱਡ ਦਿਓ, ਬਿਲਕੁਲ ਠੀਕ ਹੈ, ਕਿੰਨਾ ਕੰਮ ਕੀਤਾ, ਕੀ ਹੋਇਆ, ਕੀ ਕਰਿਆ, ਵੀ ਕੱਲ੍ਹ ਇੰਨਾ ਕੰਮ ਕੀਤਾ, ਇੰਨੇ ਤੁਰੇ, ਸਰੀਰ ਕੀ ਕਹਿੰਦਾ, ਠੀਕ ਉੱਠਿਆ ਜਾਂ ਕਿਵੇਂ ਉੱਠਿਆ, ਤੁਸੀਂ ਇਹ 30 ਸਾਲ ਤੋਂ ਬਾਅਦ ਬੰਦਾ ਆਪਦੀ ਸਿਹਤ ਦਾ ਆਪ ਡਾਕਟਰ ਹੈ, ਨਹੀਂ ਬਿਮਾਰੀਆਂ ਤਾਂ ਲੱਗ ਜਾਂਦੀਆਂ, ਮੈਂ ਨਹੀਂ ਕਹਿੰਦਾ ਵੀ ਸਾਰੀਆਂ ਬਿਮਾਰੀਆਂ ਤੋੜ ਲੂ ਬੰਦਾ, ਪਰ ਜੇ ਸਿਹਤ ਨੂੰ ਠੀਕ ਰੱਖਣਾ, ਤੁਸੀਂ ਤੜਕੇ ਵੇਲੇ ਜੇ ਧਿਆਨ ਕਰੋਗੇ, ਛੇਤੀ ਛੇਤੀ ਬਿਮਾਰੀ ਨਹੀਂ ਲੱਗਦੀ ਬੰਦੇ ਨੂੰ, ਇੱਧਰ ਧਿਆਨ ਰੱਖੋ, ਮਤਲਬ ਕਿ ਮੇਰਾ ਇਹੀ ਕਹਿਣ ਦਾ ਮਤਲਬ। ਕਹਿੰਦੇ ਨੇ ਸਿਆਣੀਆਂ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕੰਮ ਆਉਣੀਆਂ, ਉਹ ਤਾਂ ਆਉਂਦੀਆਂ ਜੀ, ਅਸੀਂ ਤਾਂ ਕੁਲਚੇ ਖਾ ਕੇ ਆਉਂਦੇ ਹੁੰਦੇ ਸਾਨੂੰ ਨਹੀਂ। ਮੈਂ ਅੱਜ ਤੜਕੇ ਤੁਹਾਡੀ ਤਾਈ ਨੇ ਕਿਹਾ, ਕਹਿੰਦੀ ਬੇਸਣ ਮੁੱਕ ਗਿਆ ਜੀ ਪ੍ਰਧਾਨ ਜੀ, ਅੱਛਾ, ਅਤੇ ਮੈਂ ਕਿਹਾ ਅੱਜ ਰੋਟੀ ਕਾਹਦੀ ਹੈ, ਕਹਿੰਦੀ ਅੱਜ ਕਣਕ ਦੀ ਆ, ਮੈਂ ਕਿਹਾ 2 ਫੁਲਕੇ ਲਿਆ, ਮੈਂ ਕਿਹਾ ਇਹਨੂੰ ਅੱਧੇ, ਮੈਂ ਯਾਰ ਕਣਕ ਦੀ ਰੋਟੀ ਫਿੱਟ ਨਹੀਂ ਹੈ, ਜਾਂਦੇ ਬੇਸਣ ਲੈ ਕੇ ਚੱਲਾਂਗੇ, ਮੈਂ ਹੁਣ ਵੀ ਬੇਸਣ ਖਾਣੇ ਸੀ ਦੋਨੇ ਭਾਈਆਂ ਦਾ, ਅੱਛਾ, ਬੇਸਣ ਜਾਂ ਮਿਕਸ ਕਰਕੇ ਖਾਂਦੇ ਹੋ? ਬਸ ਕਣਕ ਕੁਛ ਸਾਰਾ ਕੁਛ, ਉਹ 'ਚ ਥੋੜ੍ਹੀ ਕਣਕ ਲਾ ਲੈਂਦੇ, ਬਸ ਇੰਨਾ ਕਰ ਲੈਂਦੇ, ਸਿਆਲ 'ਚ ਉਹਨੂੰ ਹੋਰ ਵੀ ਬਣਾ ਲੈਂਦੇ ਵੀ ਆਹ ਰਲਾ ਰਿਹਾ, ਬਾਜਰਾ ਰਲਾ ਰਲਾ ਕੇ ਉਹ ਬਣਾ ਲੈਂਦੇ ਹੈਗੇ, ਅਤੇ ਨਹੀਂ ਫਿਰ ਬੇਸਣ ਹੀ ਖਾਂਦੇ। ਆਪ ਬਣਾਉਂਦੇ ਹੋ ਕੁਛ ਘਰੇ? ਹੈਂ, ਆਪ ਪਕਾਉਂਦੇ ਹੋ ਕੁਛ, ਕੁਛ ਵੀ, ਕੋਈ ਸਬਜ਼ੀ ਜਾਂ ਕੋਈ ਮੁਰਗਾ ਤੜਕਾ? ਸਬਜ਼ੀ ਕੀ ਨਾਲ ਦੂਜੀ ਵੀ ਦਾਰੂ ਵੀ ਬਣਾਉਣੇ? ਅੱਛਾ, ਹਾਂ, ਕਿਉਂ ਮੁੱਕਰਾਂਗੇ ਕੋਈ ਗੱਲ ਤੋਂ, ਕਿਵੇਂ ਥੋੜ੍ਹਾ ਦੱਸੋ ਇਸ ਬਾਰੇ, ਨਹੀਂ ਹੱਥੇ ਲਾਉਣੇ ਪਊਗਾ ਮੈਂ। ਅੱਛਾ, ਹਾਂ, ਮੈਂ ਕਦੇ ਨਹੀਂ ਮੁੱਕਰਿਆ, ਨਾ ਜ਼ਿੰਦਗੀ ਮੁੱਕਰਨਾ ਹੈਗਾ, ਚਾਹੇ ਇਕੱਠਾ ਮੰਗਾਉਣੀ ਪਵੇ, ਪੋਤਿਆਂ ਨੂੰ ਕਹਿ ਦੇਣਾ, ਉਹ ਮੇਰਾ ਪਰਿਵਾਰ ਬਹੁਤ ਵਧੀਆ, ਜੇ ਕਹਿ ਤਾ ਮੇਰੇ ਕੋਲ ਸਮਾਨ ਨਹੀਂ ਹੈਗਾ ਵੀ ਬਾਪੂ ਜੀ ਇਕੱਠਾ ਲਿਆ ਦੇਣਾ, ਤੈਨੂੰ ਕੋਈ ਦਿੱਕਤ ਨਹੀਂ, ਬਣਵਾ ਕੇ ਦੇ ਦਿੰਦੇ ਨੇ, ਜਥੇ ਬੰਦੇ ਵਰਕਰ ਨੇ, ਬਣਾ ਕੇ ਬਣਾ ਜਾਂਦੇ ਨੇ, ਕੋਈ ਦਿੱਕਤ ਨਹੀਂ ਪੈਂਦਾ ਕਦੇ ਇਸ ਗੱਲ ਦੇ। ਅੱਛਾ, ਨਾ ਜਦੋਂ ਤੁਸੀਂ ਆਪ ਜਾਂ ਘਰੇ ਘਰ ਦੀ ਕਹਿੰਦੇ ਕੱਢੀ ਪਹਿਲੇ ਤੋੜਦੀ, ਪਹਿਲਾਂ ਕਦੋਂ ਕੱਢੀ ਸੀਗੀ ਜਵਾਨੀ ਵੇਲੇ? ਨਹੀਂ, ਉਹ ਤਾਂ ਚੱਲਦੀ ਰਹਿੰਦੀ ਹੈ। ਹਾਂ, ਆਪ ਕੱਢੀ ਕਦੇ ਭੱਠੀ ਲਾ ਲਈ
ਵੀ ਕਰਿਆ ਕੰਮ ਸਰ ਦੱਸੋ ਸਭ ਕਰਿਆ ਉਹ ਮਤਲਬ ਉਹਦਾ ਜਵਾਨੀ 'ਚ ਕੋਈ ਕੀ ਨਹੀਂ ਕਰਦਾ ਹੁੰਦਾ ਜਵਾਨੀ 'ਚ ਉਹ ਜਿਵੇਂ ਤਾਂ ਕਿਹਾ ਮੇਲੇ 'ਤੇ ਗਏ ਕਹਿੰਦਾ ਕਿ ਤੂੰ ਜਾਂਦੀ ਰਹਿੰਦੇ ਸਾਰਾ ਕੁਛ ਜਵਾਨੀ 'ਚ ਸਾਰਾ ਕੁਛ ਕਰਦਾ ਉਹ ਤਾਂ ਚੱਲਦਾ ਹੀ ਰਹਿੰਦਾ ਉਹ ਗੱਲ ਨਹੀਂ ਪਰ ਅੱਜ ਵੀ ਮੈਂ ਮਤਲਬ ਤੱਥ ਨੇ ਮਤਲਬ ਦੋ ਤਿੰਨ ਪੇਜ ਉਹਦੇ ਲਾ ਕੇ ਫਿਰ ਵਧੀਆ ਸਿਹਤ ਬਹੁਤ ਠੀਕ ਹੈਗੀ ਇਸ ਗੱਲ ਤੋਂ ਮਤਲਬ ਠੀਕ ਆ ਅੱਛਾ ਜਦੋਂ ਹੁਣ ਤੁਹਾਡੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਹੈ ਨਾ ਗ੍ਰਸਤੀ ਜੀਵਨ ਹੋਇਆ ਤੁਹਾਡਾ ਇੱਕ ਬੰਦੇ ਨੂੰ ਇਹ ਹੁੰਦਾ ਕਿ ਹੱਥ ਘਰ ਦੇ ਵਿੱਚ ਵਟਾਈ ਜਾਓ ਕੰਮ ਦੇ ਵਿੱਚ ਨਾ ਚਲੋ ਜਿਵੇਂ ਤੁਸੀਂ ਦੱਸ ਰਹੇ ਹੋ ਨਾ ਵੀ ਘਰ ਦੇ ਵਿੱਚ ਮੈਂ ਆਪ ਹੀ ਕੰਮ ਕਰਦਾ ਕਦੇ ਤੁਸੀਂ ਆਪ ਕਦੇ ਰੋਟੀ ਬਣਾਤੀ ਹੋਵੇ ਚਲੋ ਕੋਈ ਗੱਲ ਨਹੀਂ ਤੁਸੀਂ ਬੈਠੋ ਮੈਂ ਸਬਜ਼ੀ ਬਣਾ ਦਿੰਦਾ ਤੁਸੀਂ ਬੈਠੋ ਕੋਈ ਨੇ ਭਾਂਡੇ ਮਾਂਜ ਦਿੰਦਾ ਮੈਂ ਘਰੋਂ ਵੀ ਇਕੱਲਾ ਸੀ ਮਾਤਾ ਜੀ ਦੇ ਅੱਛਾ ਬਹੁਤ ਜ਼ਿਆਦਾ ਮੈਨੂੰ ਲਾਡ ਲਾ ਕੇ ਜੀ ਬਹੁਤ ਜ਼ਿਆਦਾ ਲਾਡ ਲਾ ਅਤੇ ਫਿਰ ਘਰਦੇ ਆ ਗਏ ਸਮਝ ਲੈ ਵੀ ਮੈਂ ਇੱਥੋਂ ਤੱਕ ਕਰਤੀ ਗਾ ਵੀ ਤੂੰ ਤਾਂ ਰੋਟੀ ਦੀ ਗੱਲ ਕਹਿਣੀ ਹੈ ਆਪਾਂ ਮੀਕਰ ਨਹੀਂ ਹੁੰਦੀ ਅੱਛਾ ਉਹ ਨਹਾ ਲਿਓ ਛੜਤੀ ਚੱਕ ਕੇ ਧੋ ਵੀ ਨਾ ਧੋਵੇ ਹਾਂ ਠੀਕ ਹੈ ਨਾਤੇ ਆਪਦਾ ਗਏ ਆ ਉਹਦੇ ਦੂਜੇ ਬਦਲੇ ਕੱਪੜੇ ਪਾਏ ਕੰਮ 'ਤੇ ਜਾਣਾ ਹੱਥ 'ਤੇ ਜਾਣਾ ਗੁੱਡਣ ਜਾਣਾ ਕਿਤੇ ਜਾਣਾ ਜਦੋਂ ਮੈਂ ਜੇਲ੍ਹ ਚੱਲਿਆ ਗਿਆ ਅੱਛਾ ਉਸ 1989 ਮਤਲਬ ਦੱਸਿਆ ਤੁਹਾਨੂੰ ਮੈਂ ਗਿਆ ਉੱਥੇ ਮੈਂ ਜਦੋਂ ਗਿਆ ਮਤਲਬ ਮੈਨੂੰ ਕੱਪੜੇ ਧੋਣੇ ਬਹੁਤ ਔਖੇ ਹੋਏ ਅੱਛਾ ਮਤਲਬ ਬਹੁਤ ਹੀ ਜ਼ਿਆਦਾ ਦਿੱਕਤ ਆ ਪਈ ਕਿਵੇਂ ਧੋਵਾਂ ਇਹਨਾਂ ਨੂੰ ਮਤਲਬ ਕੀ ਕਰਾਂ ਮਤਲਬ ਉਹ ਕਿਉਂਕਿ ਗਰਮੀ ਮਹੀਨਾ ਗਰਮੀ ਦਾ ਆ ਗਿਆ ਮੂਹਰੇ ਅਤੇ ਵੀ ਉਹ ਸਭ ਰੋਜ਼ਾਨਾ ਮੁੱਗ ਧੋਣੇ ਪਿਆ ਕਰਨ ਤਾਂ ਇਹ ਬਲਦੇਵ ਸਿੰਘ ਹੀਰੋ ਸੀ ਸਾਡੇ ਨਾਲ ਸਾਡਾ ਵਧੀਆ ਆਗੂ ਸੀਗਾ ਉਸ ਉਹ ਪੜਿਆ ਸੀ ਕਾਲਜ 'ਚੋਂ ਆਇਆ ਸੀਗਾ ਅਤੇ ਸਾਡੀ ਦੋਨੋਂ ਦੀ ਆਪ 'ਚ ਲੱਭੇ ਬੈੱਡ ਹੋ ਗਿਆ ਆੜੀ ਆੜੀ ਪੈ ਗਈ ਮਤਲਬ ਹੁੰਦੀ ਆ ਨੇੜਤਾ ਅਤੇ ਮੈਂ ਉਹਨੂੰ ਹੱਸਣ ਲੱਗਾ ਬਲਦੇਵ ਸਿੰਘ ਕਿਵੇਂ ਕਹਿੰਦਾ ਦੱਸ ਮੈਂ ਯਾਰ ਮੈਨੂੰ ਕੱਪੜੇ ਧੋਣੇ ਬੜੇ ਔਖੇ ਨੇ ਕਹਿਵਾਂ ਕਿ ਆਪਾਂ ਕੰਮ ਨਾ ਮੰਡ ਲਈਏ ਕਹਿੰਦਾ ਕਿਵੇਂ ਮੈਂ ਕਿਹਾ ਭਾਂਡੇ ਮੈਂ ਮਾਂਜਿਆ ਕਰੂੰ ਰੋਟੀ ਵਾਲੇ ਕਿਉਂ ਭਾਂਡੇ ਸੀ ਖੇਤ ਮਾਂਜਦੀ ਰਹਿੰਦੀ ਸੀਗੇ ਖੇਤ ਨੂੰ ਆਪਣਾ ਕਰਨਾ ਹੀ ਪੈਂਦਾ ਕੰਮ ਮਿੱਟੀ ਨਾਲ ਰੇਤੇ ਨਾਲ ਮਾਂਜ ਦਿੰਦੇ ਹਾਂ ਨਹੀਂ ਤਾਂ ਆਪਣਾ ਆਥਣ ਤੜ ਗਿਆ ਖੇਤ ਆਪਾਂ ਰਹਿੰਦੇ ਭਾਂਡੇ ਮਾਂਜਣੇ ਪੈਂਦੇ ਬਿਲਕੁਲ ਮੈਂ ਕਿਹਾ ਵੀ ਕੱਪੜੇ ਸੁੱਧੋ ਹੈ ਕਰ ਫਿਰ ਅਸੀਂ ਫੈਸਲਾ ਕਰ ਲਿਆ ਕੱਪੜੇ ਉਹ ਧੋਂਦਾ ਸੀਗਾ ਆਥਣ ਦੇ ਭਾਂਡੇ ਤੜ ਕੇ ਮੈਂ ਮਾਂਜਦਾ ਸੀਗਾ ਇਹ ਰੱਖਿਆ ਜ਼ਿੰਦਗੀ ਦਾ ਹੁਣ ਕਦੇ ਕੀਤਾ ਕੰਮ ਹੁਣ ਇਸ ਟਾਈਮ ਦੇ ਵਿੱਚ ਨਹੀਂ ਹੁਣ ਤਾਂ ਮੈਨੂੰ ਇੱਥੋਂ ਚੱਕ ਕੇ ਇੱਥੇ ਡੱਕਾ ਨਹੀਂ ਮੈਂ ਧਰਨਾ ਮੈਂ ਤੁਹਾਨੂੰ ਕਹਾਂ ਨਾ ਮੈਂ ਖੇਤੀ ਦਾ ਕੋਈ ਚਿੰਤਾ ਕਰਦਾ ਨਾ ਮੇਰਾ ਬੇਟਿਆਂ ਦਾ ਭੱਠੇ ਦਾ ਕਾਰੋਬਾਰ ਮੈਂ ਉਹਦੀ ਚਿੰਤਾ ਕਰਦਾ ਬਸ ਉਹ ਪੁੱਛ ਪੱਛ ਲਾਣਾ ਵੀ ਕਿਵੇਂ ਚੱਲਦਾ ਕੰਮ ਬੜਾ ਉਹ ਆਪਾਂ ਦਿੱਕਤ ਨਹੀਂ ਦਿੰਦੇ ਉਹਨਾਂ ਨੂੰ ਬੁੜਾ ਇੱਕ ਪੰਗਾ ਪੈ ਜਾਂਦਾ ਜ਼ਿਆਦਾ ਦਿੱਕਤ ਲਾਉਂਦਾ ਹੁੰਦਾ ਆਹ ਕਰ ਲਓ ਫਲਾਨਾ ਪੁੱਛ ਮੈਂ ਜ਼ਰੂਰ ਲੈਂਦਾ ਇੱਕ ਮੇਰਾ ਪਰਿਵਾਰ ਵਧੀਆ ਬੇਟਾ ਪੋਤੇ ਮੇਰੇ ਸੁੱਖੀ ਆ ਜਿਵੇਂ ਗੁਰਜੀਤ ਹੈ ਮੇਰੇ ਕਮਰੇ 'ਚ ਉਹਨਾਂ ਨੇ ਆਉਣੀ ਇੱਕ ਇੱਕ ਨਾਂ ਆਉਣਾ ਦੂਜੇ ਦਿਨ ਆਉਣਾ ਹੀ ਆਉਣਾ ਅੱਗੇ ਗੱਲਬਾਤ ਕਰਕੇ ਜਾਣੀ ਹੈ ਉਸ ਇਸ ਪੱਖੋਂ ਸੌਖਾ ਜਾਗਣ ਵੀ ਇਹ ਨਹੀਂ ਹੈਗਾ ਵੀ ਕੋਈ ਮੈਨੂੰ ਚਿੰਤਾ ਹੀ ਨਹੀਂ ਇੱਕ ਤਾਂ ਐਂ ਹੋ ਜਾਂਦਾ ਨਾ ਕਹਿੰਦੇ ਟਾਈਮ ਦੇ ਨਾਲ ਚੀਜ਼ਾਂ ਬਦਲ ਜਾਂਦੀਆਂ ਨੇ ਅਤੇ ਫਿਰ ਜਵਾਕਾਂ ਨੂੰ ਸਤਿਕਾਰ ਜਿਹੜਾ ਤੁਸੀਂ ਆਪ ਜਿਹੜੇ ਤੁਹਾਡੇ 'ਚ ਗੁਣ ਸੀਗੇ ਉਹੀ ਫਿਰ ਬੱਚਿਆਂ ਨੂੰ ਮਿਲਦੇ ਹਾਂ ਹਾਂ ਬਿਲਕੁਲ ਮੈਂ ਕਹਿੰਦਾ ਉਹੀ ਜਾਂ ਬਿਲਕੁਲ ਹੀ ਨਹੀਂ ਕਹਿੰਦੇ ਪੁੱਤ ਵੀ ਇੱਕ ਪੁੱਤ ਹੋ ਜਾਂਦੇ ਜੀ ਤਾਂ ਮਤਲਬ ਉਹਨੂੰ ਨਾ ਸਮਝਾਵਾਂਗੇ ਹੱਥਾਂ ਤੜਕੇ ਮੈਂ ਸੁੱਖੀ ਦੀ ਗੱਲ ਹੀ ਕਰਦਾ ਕਰਨਾ ਪੁੱਤਾ ਤੁਹਾਡਾ ਜੇ ਅਸੀਂ ਨਾ ਉਹਦੇ ਕੋਲ ਨਾਰ ਨਾ ਰੱਖਦੇ ਸ਼ਾਇਦ ਉਹ ਹੋਰ ਰਸਤੇ ਪੈ ਜਾਂਦਾ ਅੱਛਾ ਜੀ ਹਾਂ ਕਿਉਂ ਨੌਜਵਾਨ ਅੱਜ ਕੱਲ੍ਹ ਜੇ ਆਪਾਂ ਗੱਲ ਕਰੀਏ ਹੁਣ ਉਹਨੂੰ ਅਸੀਂ ਲੀਡਰ ਬਣਾ ਲਿਆ ਜੇ ਆਪਾਂ ਕਹਿ ਦਈਏ ਪਹਿਲਾਂ ਉਹਨੇ ਫੋਨ ਕਰਿਆ ਫਲਾਨੇ ਆਉਣਗੇ ਜੀ ਤੁਸੀਂ ਕਿੱਥੇ ਹੋਵੋਗੇ ਸਾਰਾ ਕੁਛ ਕਰਨਾ ਉਹ ਵਧੀਆ ਹੁਣ ਐਤਕੀ ਅਸੀਂ ਉਹਦੀ ਮਤਲਬ ਖੇਤੀ 'ਤੇ ਡਿਊਟੀ ਲਾਤੀ ਪਹਿਲਾਂ ਤਾਂ ਜਦ ਮੇਰੀ ਗੱਡੀ ਗੁੱਡੀ ਚਲਾਉਂਦਾ ਸੀਗਾ ਗੱਡੀ 'ਤੇ ਇੱਕ ਮੁੰਡਾ ਹੋਰ ਆ ਗਿਆ ਨਾਲ ਸਾਡੇ ਆ ਜਾ ਕਰਕੇ ਕਰ ਨਾਲ ਖੇਤੀ ਕਰਾਂ ਅੱਛਾ ਚੱਲਦਾ ਕੰਮ ਅੱਛਾ ਹੋਰ ਮਾਨਸੇ ਦੇ ਵਿੱਚ ਕੀ ਚੀਜ਼ਾਂ ਨੇ ਜਿਹੜਾ ਤੁਸੀਂ ਜਾਂਦੇ ਪੀਂਦੇ ਹੋ ਕੋਈ ਖਾਣ ਪੀਣ ਨੂੰ ਨਾ ਸ਼ਹਿਰ 'ਚ ਮੈਂ ਕਦੇ ਨਹੀਂ ਕਦੇ ਨਹੀਂ ਨਾ ਕੋਈ ਮਨਪਸੰਦੀ ਥਾਂ ਹੋਵੇ ਵੀ ਮੈਂ ਉੱਥੇ ਬੈਠ ਕੇ ਖਾ ਪੀ ਕੇ ਜਾਂ ਪਹਿਲਾਂ ਆਉਂਦੇ ਹੋ ਨਹੀਂ ਪਹਿਲਾਂ ਜ਼ਿਆਦਾ ਹੁੰਦਾ ਵੀ ਸਾਡੇ ਆੜਤੀਏ ਨੇ ਆੜਤੀਆਂ ਦੇ ਆ ਬੈਠੇ ਜਾਂ ਕੋਈ ਚਾਹ ਦੀ ਦੁਕਾਨ ਵਾਲਾ ਉੱਥੇ ਮਿੱਤਰ ਯਾਰ ਹੈ ਉਹਦੇ ਕੋਲ ਬਹਿ ਗਏ ਮਤਲਬ ਠੀਕ ਹੈ ਨਾ ਗੱਲ ਜ਼ਿਆਦਾ ਬਹਿ ਕੇ ਕਦੇ ਬਾਹਰ ਦੂਜਾ ਵੀ ਨਹੀਂ ਖਾਧੀ ਪੀਤੀ ਵੀ ਨਹੀਂ ਇਹ ਇਸ ਚੱਕਰ 'ਚ ਵੀ ਨਹੀਂ ਪਏ ਆਪਦੇ ਘਰੇ ਜਾ ਕੇ ਅੱਛਾ ਹਾਂ ਜਦੋਂ ਇਸ ਚੀਜ਼ ਤੋਂ ਗੁਰੇਜ਼ ਕਿਉਂ ਉਹ ਥੋੜ੍ਹਾ ਜਿਹਾ ਤੁਹਾਨੂੰ ਰੱਖਣਾ ਪਊਗਾ ਇਹ ਜਦੋਂ ਜਥੇਬੰਦੀ 'ਚ ਛੋਟੀ ਉਮਰ 'ਚ ਰਲ ਗਏ ਫਿਰ ਤੁਹਾਨੂੰ ਇੰਨੀਆਂ ਜਿਹੀਆਂ ਗੱਲਾਂ ਦੀ ਗੌਰ ਰੱਖਣੀ ਪਊਗੀ ਕਿਤੇ ਬਹਿ ਨਿਓ ਗਲਤ ਬਹਿ ਨਿਓ ਜਾਂ ਬਾਹਰ ਓਪਨ ਕਰ ਦਿਓ ਉਹਨੂੰ ਠੀਕ ਨਹੀਂ ਰਹਿੰਦਾ ਹੁੰਦਾ ਉਹ ਪਰਦੇ ਨਾਲ ਹੀ ਠੀਕ ਹੁੰਦਾ ਮੰਨ ਜਾਓ
ਮੁੱਕਰੋ ਨਾ ਵੀ ਮੈਂ ਕਰਦਾ ਨੀਗਾ, ਮੈਂ ਹੁਣ ਤੈਨੂੰ ਕਹਾਂ ਜੀ ਮਾਏ ਦਾ ਜੀ ਨਸ਼ੇ ਦੇ ਨੇੜੇ ਨਹੀਂ ਜਾਂਦਾ, ਤੁਸੀਂ ਕਹਿੰਦਾ ਮੈਂ ਪੇਗ ਲਾ ਲੈਣਾ, ਮੈਂ ਤਾਂ ਕਦੇ ਵੀ ਨਹੀਂ ਮੁੱਕਰਿਆ, ਪਹਿਲੇ ਵੀ ਨਹੀਂ ਮੁੱਕਰਿਆ ਕਦੇ ਵੀ ਨਹੀਂ, ਪਰ ਜ਼ਿੰਦਗੀ ਕਿਉਂ ਮੁੱਕਰ ਗਈ ਮਤਲਬ ਜੇ ਤੁਸੀਂ ਇੱਕ ਮੈਂ ਤੁਹਾਨੂੰ ਦੱਸਦਾ ਜਿਵੇਂ ਤੁਸੀਂ ਅੱਜ ਨੌਜਵਾਨ ਹੋ, ਹਾਂਜੀ ਘੱਟੋ ਘੱਟ 50 ਸਾਲ ਤੱਕ ਹਾਂਜੀ ਬੰਦੇ ਨੂੰ ਕੋਈ ਨਸ਼ਾ ਨਹੀਂ ਕਰਨਾ ਚਾਹੀਦਾ, ਬਿਲਕੁਲ, ਕਿਉਂ ਸਰੀਰ ਤਾਕਤ ਹੁੰਦੀ ਹੈ ਬੰਦਾ ਕੰਮ ਕਰਦਾ, ਅਤੇ ਇੱਥੇ ਮਤਲਬ ਜੋ ਤੁਸੀਂ 60 ਸਾਲ ਦੋਗੇ ਫਿਰ ਤਾਂ ਲਾਜ਼ਮੀ ਆ ਤੁਹਾਨੂੰ ਮਾੜਾ ਮੋਟਾ ਤੜਕੇ ਜੇ ਫੀਮ ਦਾ ਭਰੋਸਾ ਮਿਲ ਜਾਊ ਵੀ ਚੰਗਾ, ਪਰ ਹੁਣ ਮਿਲਦੀ ਨਹੀਂ, ਅੱਜ ਖਤਰਨਾਕ ਕੰਮ ਹੈ ਮਿਲਦੀ ਹੈ ਨੀਗੀ, ਤਿੰਨੀ ਹੱਥਣੇ ਤਾਂ 2 ਪੇਗ ਲਾ ਕੇ ਰੋਟੀ ਵਜੇ ਬਿਮਾਰੀ ਨਹੀਂ ਹੁੰਦਾ ਬੰਦਾ ਜੇ ਆਪਾਂ ਨੂੰ ਪਵਾਂਗੇ, ਇੱਥੇ ਰੌਲਾ ਹੈ, ਪਹਿਲਾਂ ਕੰਮ ਕਰਨ ਵੇਲੇ ਦਾਰੂ ਪੀ ਜਾਂਦੇ ਹਾਂ, ਜਦੋਂ ਕੰਮ ਕਰਨਾ ਹੁੰਦਾ ਲਲਕਰੇ ਮਾਰੀ ਜਾਂਦੇ ਲੋਕਾਂ ਨਾਲ ਲੜਾਈ ਕਰੀ ਜਾਂਦੇ ਹਾਂ, ਹੈ ਜਦੋਂ 60 ਸਾਲ ਦੇ ਹੋ ਗਏ ਫਿਰ ਕਹਿੰਦੇ ਵੀ ਇਹਦਾ ਨੇਮ ਪਾ ਦਿਉ, ਮਤਲਬ ਜਾ ਕੇ ਫਿਰ ਵੀ ਹੁਣ ਤਾਂ ਇਕੱਲੀ ਮਾਲਾ ਫੜ ਲਓ ਮਾਲਾ ਨਾਲ ਕੰਮ ਚੱਲੂਗਾ, ਜਦੋਂ ਮਾਲਾ ਫੜਨ ਦਾ ਕੰਮ ਹੁੰਦਾ ਉਦੋਂ ਹੋਰ ਕੰਮ ਕਰਦੇ ਹਾਂ, ਜਦੋਂ ਦੂਜੇ ਪਾਸੇ ਚੱਲ ਜਾਂਦੇ ਇਹੀ ਹੁੰਦਾ ਹੈਗਾ, ਬਿਲਕੁਲ ਰੱਬ ਦੇ ਵਿਸ਼ਵਾਸ ਰੱਖਦੇ ਨਹੀਂ, ਮੈਂ ਤਰਕਸ਼ੀਲ ਹਾਂ, ਅੱਛਾ ਹਾਂ ਬਿਲਕੁਲ, ਕਿਉਂ ਅਜਿਹਾ ਨਹੀਂ, ਮੈਂ ਮਤਲਬ ਸੈਂਸ ਨੂੰ ਮੰਨਦਾ, ਮਤਲਬ ਸੈਂਸ ਅੱਜ ਬਹੁਤ ਜ਼ਿਆਦਾ ਤਰੱਕੀ ਕਰ ਗਈ, ਰੱਬ ਨੂੰ ਮੰਨਣਾ ਕੋਈ ਮਾੜੀ ਚੀਜ਼ ਨਹੀਂ, ਮੰਨੋ ਕੁਦਰਤ ਨੂੰ ਮੰਨਦੇ ਹਾਂ, ਕੁਦਰਤ ਹੈਗੀ ਮਤਲਬ ਸੂਰ ਚੜ੍ਹਨਾ ਹੀ ਚੜ੍ਹਨਾ ਹੈ, ਮਤਲਬ ਉਹਦਾ ਕਰਨਾ ਹੀ ਕਰਨਾ ਹੈ, ਜੇ ਤੁਹਾਨੂੰ ਮੈਂ ਰੱਬ ਦੀ ਗੱਲ ਸੁਣਨਾ ਕਰ ਲੈਣਾ, ਬਾਹਰ ਧੁੱਪ ਪੈਂਦੀ ਹੈ, ਹਾਂਜੀ ਇੱਕ ਤਾਂ ਆਪਾਂ ਪੜ੍ਹਿਆ ਲਿਖਿਆ ਪੜ੍ਹਾ ਖੜਾ ਲੈਂਦੇ ਹਾਂ, ਮਤਲਬ ਜਾ ਕੇ ਕਿਤੇ ਖੁੱਲ੍ਹੇ ਥਾਂ 'ਚ ਵੀ ਜ਼ਿਆਦਾ ਵਿਦਮਾਨ ਪੜ੍ਹਿਆ ਲਿਖਿਆ, ਠੀਕ ਹੈ ਨਾ ਗੱਲ, ਇੱਕ ਜਵਾਨ ਪੜ੍ਹਿਆ ਉਹਨੂੰ ਉੱਧਰ ਖੜਾ ਦਾਂਗੇ, ਚਾਰ ਬੰਦਿਆਂ ਨੂੰ ਖੜਾਵਾਂਗੇ, ਚਾਰਾਂ ਨੂੰ ਅੱਡੋ ਅੱਡੀ ਧਰਮਾਂ ਦੇ ਖੜਾਵਾਂਗੇ, ਇੱਕ ਇੱਕ ਉਹਨਾਂ ਦੇ ਨਾਲ ਦੋ ਦੋ ਬੰਦੇ ਤਿੰਨ ਤਿੰਨ ਬੰਦੇ ਕਰਕੇ ਖੜਾ ਦਾਂਗੇ, ਠੀਕ ਹੈ ਨਾ ਗੱਲ, ਉਹਨੂੰ ਪਾਸੇ ਕਰ, ਇਹ ਕਹਿੰਦੇ ਨਾ ਲੋਕ ਸਾਨੂੰ ਰੱਬ ਨੇ ਦਿੱਤਾ, ਜੇ ਮੈਨੂੰ 1000 ਕਿੱਲਾ ਜ਼ਮੀਨ ਤਾਂ ਮੈਨੂੰ ਰੱਬ ਨੇ ਦਿੱਤੇ, ਜੇ ਮੈਨੂੰ ਕਾਰਖਾਨੇ ਲਾ ਕੇ ਰੱਬ ਨੇ ਦਿੱਤੇ ਨੇ, ਆਪਾਂ ਡੋਡੀ ਖੜਾ ਦਾਂਗੇ, ਜੇ ਤਾਂ ਜਿਹੜਾ ਵਿਦਮਾਨ ਹੋਇਆ ਤਾਂ ਉਹਦੇ ਨਾਲ ਇੱਕ ਅਮੀਰ ਵੀ ਖੜਾਵਾਂਗੇ ਆਪਾਂ ਤਕੜਾ, ਇੱਕ ਅਨਪੜ੍ਹ ਖੜਾ ਹੋਊਗਾ ਉਹਦੇ ਨਾਲ ਗਰੀਬ ਵੀ ਖੜਾਵਾਂਗੇ, ਦੂਜਾ ਨਾ ਧਾਰਮਿਕ ਤੌਰ 'ਤੇ ਬੰਦਿਆਂ ਨੂੰ ਖੜਾਵਾਂਗੇ ਵੀ ਕਿਹੜਾ ਕਹਿੰਦਾ ਵੀ ਸਾਡਾ ਧਰਮ ਠੀਕ ਆ ਫਲਾਨਾ, ਆਪਾਂ ਸਮਝ ਲਾਂਗੇ ਵੀ ਜੇ ਤਾਂ ਉਹਦੇ ਉੱਤੇ ਆ ਕੇ ਛਤਰੀ ਕਰਤੀ ਛਾਂ ਕਰਤੀ ਵੀ ਇਹ ਯਾਰ ਵਿਦਮਾਨ ਹੈ ਇਹਦੇ ਨਾਲ ਅਮੀਰ ਬੰਦਾ ਖੜਾ, ਠੀਕ ਹੈ ਨਾ ਗੱਲ, ਫਿਰ ਤਾਂ ਆਪਾਂ ਮੰਨ ਲਾਂਗੇ ਵੀ ਯਾਰ ਹਾਂ ਮਤਲਬ ਹੈ ਕੋਈ ਰੱਬ ਹੈ ਕਿਸੇ ਕੁਦਰਤ, ਅਤੇ ਜੇ ਚਾਰਾਂ ਨੂੰ ਧੁੱਪ ਇੱਕੋ ਜਿਹੀ ਲੱਗੀ ਰਹੀ ਤਾਂ ਰੱਬ ਉਹ ਹੈ ਨਾ ਜਿਹੜੀ ਧੁੱਪ ਹੈ ਉਹ ਰੱਬ ਹੈ ਜਿਹੜੀ ਇੱਕੋ ਜਿਹਾ ਦੇਖਦੀ ਹੈ, ਰੱਬ ਬੰਦਾ ਉਹ ਹੁੰਦਾ ਜਿਹੜਾ ਸਾਰਿਆਂ ਨੂੰ ਇੱਕੋ ਜਿਹੇ ਦੇਖੇ, ਸਾਨੂੰ ਵੱਡੇ ਛੋਟੇ ਕਿਉਂ ਬਣਾਇਆ ਉਹਨੇ, ਕੋਈ ਅਸੀਂ ਮਾੜਾ ਕੰਮ ਕਰਿਆ ਗਾ, ਮਤਲਬ ਜੇ ਆਪਾਂ ਗੱਲ ਕਰ ਲਈਏ, ਇਹ ਸਿਰਫ ਇੱਥੇ ਮਤਲਬ ਲੋਕਾਂ ਨੂੰ ਭੁਲੇਖੇ 'ਚ ਪਾਇਆ ਜਾ ਰਿਹਾ, ਧਰਮ ਦੇ ਨਾਂ 'ਤੇ ਲੜਾਓ, ਜਾਤ ਦੇ ਨਾਂ 'ਤੇ ਲੜਾਓ, ਮਤਲਬ ਫਿਰਕਿਆਂ ਦੇ ਨਾਂ 'ਤੇ ਲੜਾਓ, ਗੋਤਾਂ ਦੇ ਨਾਂ 'ਤੇ ਲੜਾਓ, ਇਹ ਸਾਨੂੰ ਲੜਿਆ, ਅਸਲ ਇੱਥੇ ਦੋ ਜਮਾਤ ਹੈ, ਇੱਕ ਜਮਾਤ ਲੁੱਟਦੀ ਹੈ, ਇੱਕ ਜਮਾਤ ਲੁੱਟੀ ਜਾ ਰਹੀ ਹੈ, ਜਿਹੜੀ ਲੁੱਟਦੀ ਜਮਾਤ ਹੈ ਉਹਦੀ ਗਿਣਤੀ ਸਿਰਫ 8% ਹੈ, ਉਹਦੇ ਵਿੱਚ ਲੁੱਟਣ ਵਾਲਿਆਂ ਵਿੱਚ ਹਿੰਦੂ ਵੀ ਨੇ, ਸਿੱਖ ਵੀ ਨੇ, ਮੁਸਲਮਾਨ ਵੀ ਨੇ, ਸਾਈ ਵੀ ਨੇ, ਜਿਹਨਾਂ ਦੇ ਕਾਰੋਬਾਰ ਨੇ ਉਹ ਸਾਨੂੰ ਲੁੱਟਦੇ ਨੇ, ਜਿਹੜੇ ਅਸੀਂ ਲੁੱਟੇ ਜਾ ਰਹੇ ਹਾਂ, ਅਸੀਂ ਸਿੱਖ ਵੀ ਹਾਂ, ਅਸੀਂ ਮੁਸਲਮਾਨ ਵੀ ਹਾਂ, ਅਸੀਂ ਹਿੰਦੂ ਵੀ ਹਾਂ, ਸਾਰੇ ਇਕੱਠੇ ਹਾਂ ਜੇ ਆਪਾਂ ਕਹਿ ਦਈਏ ਸਾਰੇ ਇਕੱਠੇ ਹਾਂ, ਅਤੇ ਅਸੀਂ ਲੁੱਟੇ ਜਾ ਰਹੇ ਹਾਂ, ਜਿੱਦੇ ਅਸੀਂ ਜਮਾਤੀ ਲੈਣ ਖਿੱਚ ਲਈ ਆ ਗਈ ਸਮਝ ਗੱਲ, ਵੀ ਆਹ ਦੋ ਜਮਾਤਾਂ ਨੇਗੀਆਂ ਸਾਨੂੰ ਲੁੱਟਦੇ ਨੇਗੇ, ਉਦੇ ਸਾਨੂੰ ਸਮਝੋ, ਜਿਹੜਾ ਬੰਦਾ ਅੰਧ ਵਿਸ਼ਵਾਸ 'ਚੋਂ ਨਿਕਲ ਗਿਆ ਤੂੰ ਨੌਜਵਾਨ ਹੈ, ਮੈਂ ਗਰੰਟੀ ਕਰਦਾ ਅੱਧਾ ਨਰਕਾਂ 'ਚੋਂ ਨਿਕਲ ਗਿਆ, ਮਤਲਬ ਅੱਧਾ ਨਰਕਾਂ 'ਚੋਂ ਨਿਕਲ ਗਿਆ, ਹੁਣ ਅੱਜ ਕੀ ਕਰਦੇ ਨੇ, ਕੋਈ ਹਰ ਇੱਕ ਬੰਦਾ ਧਰਮ ਸਥਾਨਾਂ 'ਤੇ ਜਾਂਦਾ ਸਾਰਾ ਟੱਬਰ ਬਹਿ ਜਾਂਦਾ ਗੱਡੀ 'ਚ, ਬਿਲਕੁਲ, ਅਤੇ ਉਹਦੀ ਪਤਾ ਲੱਗਦਾ ਵੀ ਗੱਡੀ ਤਾਂ ਖੱਡ 'ਚ ਅੱਡ ਗਈ, ਮੈਂ ਅਸਲ ਲੱਗ ਜਾਣਾ, ਮੈਂ ਕਿਹਾ ਅੱਧੇ ਜਾਓ, ਮੈਂ ਤੁਹਾਨੂੰ ਇੱਕ ਹਕੀਕਤ ਦੱਸਦਾ ਗਾ, ਮੇਰਾ ਸਮਝੋ ਵੀ ਵੱਡਾ ਬੇਟਾ ਸੀਗਾ ਉਹਦੇ ਸਾਲੇ ਦਾ ਵਿਆਹ, ਦੋਨੇ ਬੇਟੇ ਮੇਰੇ ਇੱਕੋ ਥਾਂ ਵਿਆਹ, ਹੁਣ ਮੈਨੂੰ ਤਾਂ ਉਹਨਾਂ ਨੇ ਸਤਿਕਾਰ ਨਹੀਂ ਸੱਦਣਾ ਸੀ ਵੀਰੂ ਸਰ ਤੁਸੀਂ ਜ਼ਰੂਰੀ ਗਾਣਾ, ਮੈਂ ਵੀ ਚੱਲਿਆ ਗਿਆ, ਉਦੋਂ ਗੱਡੀਆਂ ਗੁੱਡੀਆਂ ਹੈ ਨਹੀਂ, ਕਈ ਸਾਲ ਦੀ ਗੱਲ ਹੈਗੀ, ਉਹਨਾਂ ਨੇ ਇੱਕ ਸਪੈਸ਼ਲ ਗੱਡੀ ਸਾਡੇ ਤਿੰਨਾਂ ਪਿਓ ਪੁੱਤਾਂ ਵਾਸਤੇ ਮੰਗਾਈ,
ਹਾਂ ਮੇਰਾ ਕੁੜਮ ਕਹਿਣ ਲੱਗਿਆ ਵੀ ਪ੍ਰਧਾਨ ਜੀ ਅਤੇ ਆਹ ਗੱਡੀ ਤੁਹਾਡੇ ਵਾਸਤੇ ਆਈ ਹੈ, ਤਿੰਨਾਂ ਪਿਓ ਪੁੱਤਾਂ ਵਾਸਤੇ, ਆਹ ਡਰਾਈਵਰ ਹੈ, ਤੁਸੀਂ ਇਹ 'ਚ ਹੀ ਆਉਣਾ, ਇਹ 'ਚ ਹੀ ਜਾਣਾ। ਮੈਂ ਕਿਹਾ ਨਾ। ਕਹਿੰਦਾ ਕੀ ਗੱਲ? ਮੈਂ ਕਿਹਾ ਅਸੀਂ ਨਹੀਂ ਤਿੰਨੇ 'ਚ ਚੜ੍ਹਦੇ। ਕਹਿੰਦਾ ਕਿਉਂ? ਮੈਂ ਕਿਹਾ ਸਾਲਾ ਐਕਸੀਡੈਂਟ ਹੋ ਜਾਵੇ, ਤਿੰਨੇ ਮਰ ਜਾਂਗੇ। ਅੱਛਾ। ਹਾਂ ਮੈਂ ਕਿਹਾ ਬਾਈ ਜਾਣ 'ਚ ਮਤਲਬ ਕੋਈ ਡਰਾਈਵਰ ਖਾ ਪੀ ਲਏ ਕੁਛ, ਆਉਂਦਾ ਜਾਂਦਾ ਦਾਰੂ ਪੀ ਲਏ ਕੁਛ ਕਰ ਲਏ ਅਤੇ ਗੱਡੀ ਵੱਜੇ ਕਾਸੇ, ਜੇ ਤਿੰਨੇ ਨਹੀਂ ਮਰ ਜਾਂ। ਕਹਿੰਦਾ ਹੋਰ ਮੇਰੇ ਛੋਟੇ ਕੁੜਮ ਕੋਲ ਮਤਲਬ ਜੀਪ ਦੀ, ਮੈਂ ਤਾਂ ਇਹਦੀ ਜੀਪ ਜਾਊਂਗਾ ਅਤੇ ਉਹਨਾਂ ਨੂੰ ਕਿਹਾ ਤੁਸੀਂ ਡੁੱਡ ਜਾਓ। ਅਸੀਂ ਉਹੀ ਗੱਲ, ਸਾਡੀ ਜੀਪ ਦਾ ਐਕਸੀਡੈਂਟ ਹੋ ਜਾਣਾ ਸੀਗਾ। ਅੱਛਾ। ਹਾਂ ਜਿਹੜੀ ਮੈਂ ਜੀਵ 'ਚ ਮੈਂ ਗਿਆ ਸੀਗਾ, ਮਤਲਬ ਬਚ ਗਿਆ ਸਾਡਾ, ਮਤਲਬ ਅਸੀਂ ਬਚਤ ਰਹੀ ਅਤੇ ਹੁਣ ਤਿੰਨੇ ਖਤਮ ਹੋਵਾਂਗੇ, ਮਰਾਂਗੇ, ਹੋਰ ਕੀ ਕਰਾਂਗੇ? ਮਤਲਬ ਜੇ ਆਪਾਂ ਗੱਲ ਕਰਾਂਗੇ, ਹੋਣੀ ਅਣਹੋਣੀ ਹੋ ਗਈ ਹੈ, ਹੈਂ ਹੋਣੀ ਅਣਹੋਣੀ ਹੋ ਗਈ। ਹੁਣ ਇਹਦਾ ਜੇ ਘਟਨਾਵਾਂ ਤਾਂ ਇਹ ਵਾਪਰਨਗੀਆਂ, ਜਦੋਂ ਵੱਧ ਟੈਕਨੀਕ ਆਊਗੀ, ਵੱਧ ਸਾਰਾ ਕੁਛ ਆਊਗਾ, ਇਹ ਇਹ ਘਟਨਾਵਾਂ ਤਾਂ ਵਾਪਰਨਗੀਆਂ, ਵਾਪਰਦੀਆਂ ਹੀ ਰਹਿੰਦੀਆਂ ਹੁੰਦੀਆਂ ਨੇਗੀਆਂ, ਕਦੇ ਵਾਸਤੇ ਨਹੀਂ ਹੁੰਦਾ ਵੀ ਨਾ ਵਾਪਰ। ਹੁਣ ਅਸੀਂ ਦਿੱਲੀ ਰਹੇ, 750 ਸਾਡਾ ਬਜ਼ੁਰਗ ਲਾ ਲਓ, ਨੌਜਵਾਨ ਲਾ ਲਓ, ਲੇਡੀ ਲਾ ਲਓ, ਸ਼ਹੀਦ ਹੋਈਆਂ ਖੋਈਆਂ, ਸਾਨੂੰ ਬੜਾ ਲੋਕਾਂ ਨੇ ਮਿਹਣੇ ਦਿੱਤੇ, ਇਹਨਾਂ ਨੇ 750 ਬੰਦਾ ਸ਼ਹੀਦ ਕਰਾਤਾ। ਹੁਣ ਉਹ ਸਾਡੇ 5 ਪਿੰਡ ਦੀ, ਜਿਹੜੇ 5 ਵੱਡੇ, 4-5 ਵੱਡੇ ਧਰਨੇ ਚੱਲਦੇ ਦੀ, ਹੁਣ 5 ਪਿੰਡਾਂ 'ਚੋਂ ਤੁਸੀਂ ਉਦੋਂ ਹਿਸਾਬ ਲਾ ਲਓ ਬੰਦੇ ਮਰੇ ਕਿ ਮਰੇ ਨਹੀਂ। ਜਿੰਨਾ ਸਾਲ ਅਸੀਂ ਉੱਥੇ ਰਹੇ ਹਾਂ, 5 ਪਿੰਡਾਂ ਦਾ ਵੇਰਵਾ ਕੱਢ ਲਓ, ਮੈਂ ਸ਼ਰਤ ਕਰਦਾ ਉੱਥੇ 1400 ਮਰਿਆ ਹੋਊਗਾ। ਬਿਲਕੁਲ। ਹੁਣ ਜਦੋਂ ਅਸੀਂ ਕਿਤੇ ਰਹਾਂਗੇ ਉੱਥੇ ਤਾਂ ਮਤਲਬ ਇਹ ਘਟਨਾਵਾਂ ਵਾਪਰਨਗੀਆਂ। ਇਹਨੂੰ ਜੋੜ ਲਓ ਚਾਹੇ ਕਿਸੇ ਨਾ ਕਿਸੇ ਮਰਜ਼ੀ ਸਿਰ ਲਾ ਦਿਓ ਵੀ ਇਹਨੇ ਆਹ ਕਰਵਾਤਾ, ਇਹਨੇ ਆਹ ਕਰਾਤਾ। ਅਸੀਂ ਗਏ ਤਾਂ ਸੰਘਰਸ਼ ਲੜਨ ਨਾਲ ਨਾ, ਆਪਦਾ ਇਮਾਨਦਾਰੀ ਨਾਲ ਲੜਿਆ, ਸਾਰਿਆਂ ਨੇ ਕੰਮ ਕੀਤਾ, ਸਾਡੇ ਲੋਕਾਂ ਨੇ ਕੰਮ ਕੀਤਾ, ਉੱਥੇ ਬੈਠੇ ਨੇ, ਸਾਰਾ ਕੁਛ ਕਰਿਆ। ਪਰ ਉਹ ਦੂਜੇ ਲੋਟ ਨੂੰ ਜਦੋਂ ਅਸੀਂ ਲੈਣਾ ਦੇਣਾ, ਹਾਂ ਹੁਣ ਜਿਹੜਾ ਮੇਰੇ ਵਰਗਾ ਘਰੇ ਮਰ ਗਿਆ ਉਹਨੂੰ ਪੁੱਛਦਾ ਕੋਈ ਨਹੀਂ ਭਾਈ, ਜਿਹੜਾ ਉੱਥੇ ਸ਼ਹੀਦ ਹੋ ਗਿਆ ਉਹ ਜਿਹੜੀ ਦੁਨੀਆਂ ਤੱਕ ਸ਼ਹੀਦ ਗਿਣਿਆ ਜਾਊਗਾ? ਇਹ ਤਾਂ ਉਹਦੇ ਪੱਲੇ ਪੈਂਦਾ ਨਾ। ਮਤਲਬ ਘਰੇ ਤੁਸੀਂ ਕੁਛ ਬਣਾ ਦਿਓ ਜਵਾਕਾਂ ਦਾ, ਜੋ ਮਰਜ਼ੀ ਲਾ ਦਿਓ, ਗੱਡੀਆਂ ਲੈ ਦਿਓ, ਉਹ ਹੋਰ ਮਤਲਬ ਵਿਗੜਨਗੇ, ਹੋਰ ਉਦਾਸੀਆਂ ਕਰਨਗੇ, ਹੈਂ ਉਹ ਤੁਹਾਡੇ ਪੱਲੇ ਹੀ ਨਹੀਂ ਤੁਹਾਡੇ ਪੈਂਦਾ ਮਰਨ ਲੱਗੇ, ਪੱਲੇ ਪੈਣਾ ਜੇ ਤੁਸੀਂ ਲੋਕਾਂ ਵਾਸਤੇ ਸੰਘਰਸ਼ ਕਰੇ। ਫਿਰ ਲੋਕ ਕਹਿੰਦੇ ਯਾਰ ਕਰਕੇ ਗਏ ਨੇ ਮਤਲਬ। ਬਿਲਕੁਲ। ਸੰਘਰਸ਼ ਹੁਣ ਤੁਹਾਨੂੰ ਚੰਗੇ ਰਾਹ ਲੈ ਕੇ ਜਾ ਰਿਹਾ? ਹਾਂ ਬਿਲਕੁਲ, ਮਤਲਬ ਦਾ ਜ਼ਿੰਦਗੀ ਦਾ ਹਿੱਸਾ ਲਾਇਆ ਅਤੇ ਲਾਉਣਾ, ਬਸ ਇਹੀ ਕੰਮ ਕਰਨਾ ਅਤੇ ਲੜਦੇ ਰਹਿਣਾ, ਲੜਦੇ ਰਹਾਂਗੇ। 9 ਤਰੀਕ ਦੀ ਦੁਬਾਰੇ ਫਿਰ ਹੁਣ ਮੀਟਿੰਗ ਸੱਦ ਲਈ, ਮੈਂ ਤਾਂ ਹੱਦਾਂ ਦੀ, ਮੈਂ ਕਿਹਾ ਸਰਕਾਰ ਨੂੰ ਮਾੜੇ ਜਿਹੇ ਪੈਰ ਤਾਂ ਲਾ ਲੈਣ ਦਿਓ, ਫਿਰ ਦੇਖ ਲਾਂਗੇ। ਕਹਿੰਦੇ ਨਹੀਂ ਮੀਟਿੰਗ ਤਾਂ ਆ ਜਾ, ਮੀਟਿੰਗ ਤਾਂ ਕਰ ਸਕਦੇ। ਅੱਛਾ, ਬਿੱਲ ਪਾਸ ਜਿਹੜੇ ਹੋਏ ਸੀਗੇ ਉਹ ਵਾਪਿਸ ਵੀ ਲਏ ਗਏ, ਫਿਰ ਹੁਣ ਤੁਸੀਂ ਜਾਓਗੇ ਫਿਰ ਬੈਠੋਗੇ ਉੱਥੇ? ਨਹੀਂ ਨਹੀਂ ਨਹੀਂ, ਹਜੇ ਮਤਲਬ ਦੇਖੋ ਅੱਡੋ ਅੱਡੀ ਥਿਊਰੀ ਹੁੰਦੀ ਹੈ ਲੀਡਰਾਂ ਦੀ। ਵੈਸੇ ਤੁਸੀਂ ਕੀ ਸੋਚਦੇ ਹੋ, ਜਾਣਾ ਚਾਹੀਦਾ ਦਿੱਲੀ? ਨਹੀਂ, ਹਜੇ ਤਾਂ ਸਾਨੂੰ ਨਾ ਜਿਹੜੇ ਸਾਡੇ ਦੂਜੇ ਸਾਥੀਆਂ ਨੇ ਮੋਰਚਾ ਲਾਇਆ, ਲਾਉਣਾ ਹੀ ਨਹੀਂ ਚਾਹੀਦਾ ਸੀ ਮੇਰੀ ਸਮਝ ਮੁਤਾਬਕ। ਜੋ ਸ਼ੰਭੂ ਬੈਠੇ ਖਣੌਜੀ, ਮੈਂ ਕਹਿੰਦਾ ਚਲੋ ਵਧਾਈ ਦੇ ਪਾਤਰ ਨੇ, ਲੜਦੇ ਨੇ, ਚੰਗੀ ਗੱਲ ਹੈ, ਲੜਨਾ ਕੋਈ ਮਾੜੀ ਚੀਜ਼ ਨਹੀਂ ਹੁੰਦੀ, ਲੜਨਾ ਹਮੇਸ਼ਾ ਵਾਸਤੇ ਚੰਗੀ ਚੀਜ਼, ਪਰ ਤੁਹਾਨੂੰ ਸਮਾਂ ਸੋਚਣਾ ਪਊਗਾ। ਤੁਹਾਨੂੰ ਮੈਂ ਇਤਿਹਾਸ ਦੱਸ ਦਿੰਦਾ ਜਿੰਨੀ ਕੁ ਮੈਨੂੰ ਸੋਝੀ ਹੈ, ਮਤਲਬ ਜੇ ਆਪਾਂ ਗੱਲ ਕਹਿ ਦਈਏ, ਮਤਲਬ ਆਜ਼ਾਦੀ ਮਿਲੀ, ਆਜ਼ਾਦੀ ਤੋਂ ਬਾਅਦ ਫਿਰ ਜੇ ਕਹਿ ਦਈਏ ਮਜ਼ਾਰਾ ਲਹਿਰ ਚੱਲੀ, ਸਾਨੂੰ ਜ਼ਮੀਨ ਮਿਲੀ, ਜਿਹੜੇ ਅਸੀਂ ਬਜ਼ਾਰੇ ਲੋਕ ਸੀ, ਮੇਰਾ ਪਿੰਡ ਵੀ ਨੰਗਲ ਸਦਾ ਬਣਾਈ ਦਿੰਦੀ ਸੀ ਅਸੀਂ, ਜ਼ਮੀਨ ਮਿਲੀ, ਠੀਕ ਹੈ ਨਾ। ਉਦੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਚੱਲੀ ਜੀ, ਠੀਕ ਹੈ ਨਾ। ਉਦੋਂ ਬਾਅਦ ਨਕਸਲੈਂਟ ਲਹਿਰ ਚੱਲੀ, ਵਿੱਥੀਆਂ ਪੈ ਕੇ, ਉਦੋਂ ਬਾਅਦ ਆਪਣੀ ਮਤਲਬ ਜੇ ਕਹਿ ਦਈਏ ਖਾੜਕੂ ਲਹਿਰ ਚੱਲੀ, ਬਿਲਕੁਲ। ਅਤੇ ਉਦੋਂ ਬਾਅਦ ਕਹਿ ਦਈਏ ਅਤੇ ਹੁਣ ਸਾਡਾ ਅੰਦੋਲਨ ਚੱਲਿਆ, ਤੁਸਾਨੂੰ ਵਖਵਾ ਪਾਉਣਾ ਪੈਂਦਾ ਖੁਦ ਅੰਦੋਲਨ ਦੇ ਵਿੱਚ। ਤੁਸੀਂ ਤੁਰਤੀ ਉਹੀ ਕਹੋਗੇ ਨਾ ਜੇ ਅੱਗ ਮਚਾਈ ਜਾਵਾਂਗੇ, ਫਿਰ ਤਾਂ ਦੁੱਧ ਨੇ ਬਾਹਰ ਹੀ ਕੇਰਾ ਨਿਕਲ ਜਾਣਾ, ਤਾਂ ਉਹਦਾ ਕੋਈ ਖੋਆ ਨਹੀਂ ਬਣਨਾ। ਬਿਲਕੁਲ। ਖੋਆ ਤਾਂ ਫਿਰ ਬਣਦਾ ਜੇ ਉਹਨੂੰ ਕੋਈ ਸਥਿਰਤਾ ਦੇ ਨਾਲ ਕਰਾਂਗੇ, ਲੜਨਾ ਕੋਈ ਮਾੜੀ ਚੀਜ਼ ਨਹੀਂ। ਮੈਂ ਕਹਿੰਦਾ ਹੁਣ ਸਰਕਾਰ ਬਣ ਗਈ, ਸਰਕਾਰ ਨੂੰ ਸਾਨੂੰ ਕਿਸੇ ਦੀ ਬਣ ਗਈ, ਚੱਲ ਇੱਕ ਤਾਂ ਅਸੀਂ ਵਧਾਈ ਦੇ ਪਾਤਰ, ਸਾਡੇ ਭਾਰਤ ਦੇ ਲੋਕ ਕਿਸਾਨ ਜਿਹੜਿਆਂ ਨੂੰ ਅਸੀਂ ਸੱਦਾ ਦਿੱਤਾ ਸੀ ਵੀ ਮੋਦੀ ਨੂੰ ਬੱਤ ਰੱਖਿਓ, ਰੱਖਿਆ ਲੋਕਾਂ ਨੇ, ਇਕੱਲਾ ਸਰਕਾਰ ਨਹੀਂ ਬਣਾ ਸਕਿਆ,
ਠੀਕ ਹੈ ਨਾ ਗੱਲ। ਹੁਣ ਗੁਆਂਢੀਆਂ ਨੂੰ ਸੱਦ ਕੇ ਸਾਂਝੀ ਖੇਤੀ ਕਰ ਲਏ, ਫਿਰ ਤਾਂ ਕਹੀ ਜੀ ਹੁੰਦੀ ਹੈ, ਸਾਰਿਆਂ ਨੂੰ ਪਤਾ ਹੁੰਦਾ ਹੈਗਾ ਬਰਾਬਰ ਦਾ ਕੰਮ ਕਰਨਾ ਪਊਗਾ। ਉਹ ਲੋਕ ਵਧਾਈ ਦੇ ਪਾਤਰ ਨੇ ਜਿਹੜੇ ਨੇ, ਮਤਲਬ ਮੋਦੀ ਦੀ ਇਕੱਲੇ ਦੀ ਸਰਕਾਰ ਨਹੀਂ ਬਣਦੀ, ਇੱਥੇ ਜਮਾਂ ਬਣਨ 'ਤੇ ਰਾਜੀ ਨਹੀਂ ਦੀ ਵੀ ਬਣਨੀ ਨਹੀਂ ਚਾਹੀਦੀ, ਕਿਸੇ ਦੀ ਹੋਰ ਬਣੇ। ਚਲੋ ਫਿਰ ਵੀ ਲੋਕਾਂ ਦਾ ਫੈਸਲਾ ਠੀਕ ਰਿਹਾ ਜੀ। ਬਹੁਤ ਸ਼ੁਕਰੀਆ ਸਮਾਂ ਦਿੱਤਾ, ਬਹੁਤ ਚੰਗੀਆਂ ਗੱਲਾਂ ਜਿਹੜੀਆਂ ਤੁਹਾਡੀਆਂ ਜੀਵਨ ਦੀਆਂ ਸੀਗੀਆਂ ਕੁਝ ਕੁ ਲੋਕਾਂ ਤੱਕ ਪਹੁੰਚਿਆ। ਬਹੁਤ ਬਹੁਤ ਧੰਨਵਾਦ।